ਬਹੁਤ ਤੁਸੀਂ ਨਾਮਣਾ ਵੀ ਕੱਟਿਆ ਪੂਰੇ ਇਲਾਕੇ ਦੇ ਵਿੱਚ ਆਲੇ ਦੁਆਲੇ ਦੇ ਖੇਤਰ ਦੇ ਵਿੱਚ ਤੁਹਾਡੇ ਨਾਂ ਦੀ ਧੁੰਮ ਰਹੀ ਹੈ ਤੇ ਹੁਣ ਤੁਸੀਂ ਜੁੱਤੀਆਂ ਕੱਢਣ ਵਾਸਤੇ ਮਜਬੂਰ ਆ ਜਦੋਂ ਵਕਤ ਦੇ ਫੇਰ ਦੇ ਵੱਲ ਝਾਤ ਮਾਰਦੇ ਹੋ ਪਿਛਾਂ ਨੂੰ ਝਾਤ ਮਾਰਦੇ ਹੋ ਮਨ ਦੇ ਵਿੱਚ ਕਿਹੋ ਜਿਹੇ ਖਿਆਲ ਆਉਂਦੇ ਕਦੇ ਬੜਾ ਚੰਗਾ ਵੇਲਾ ਸੀਗਾ ਜਿਹੜਾ ਹੁਣ ਵੇਲਾ ਹੁਣ ਜਿੱਦਾਂ ਦਾ ਹੁਣ ਆਉਣਾ ਉਹ ਟਾਈਮ ਕੱਢਣਾ ਪੈਣਾ ਜੇ ਹੁਣ ਚੰਗਾ ਹੋ ਜਾਊਗਾ ਤਾਂ ਚੰਗਾ ਕੱਢ ਲਾਂਗੇ ਜੇ ਹੁਣ ਮਾੜਾ ਹੋਇਆ ਟਾਈਮ ਮਾੜਾ ਕੱਢ ਲਾਂਗੇ ਸਾਰੇ ਸਰੋਤੇ ਤੁਹਾਨੂੰ ਚਾਹਣ ਵਾਲੇ ਤੁਹਾਡੀ ਆਵਾਜ਼ ਨੂੰ ਪਿਆਰ ਕਰਨ ਵਾਲੇ ਹਾਂਜੀ ਹਾਂਜੀ ਉਹਨਾਂ ਚੋਂ ਵੀ ਕਦੇ ਨਹੀਂ ਕਿਸੇ ਨੇ ਕਿਹਾ ਵੀ ਤੁਸੀਂ ਗਾਣਾ ਰਿਕਾਰਡ ਕਰਾਓ ਅਸੀਂ ਪੂੰਜੀ ਨਿਵੇਸ਼ ਕਰਾਂਗੇ ਇਦਾਂ ਨਹੀਂ ਕਿਸੇ ਕੋਈ ਇਦਾਂ ਕੋਈ ਕਿਸੇ ਕਹਿੰਦਾ ਇਦਾਂ ਨਹੀਂ ਕਹਿੰਦਾ ਕੋਈ ਜੀ ਬੰਦਾ ਇਸ ਵਕਤ ਰੋਟੀ ਤੋਂ ਵੀ ਆਵਾਜ਼ਾਰ ਹੋਵੇ ਵਾਕਿਆ ਸਹੀ ਕੱਢਣ ਲਈ ਮਜਬੂਰ ਹੋਵੇ ਪਰ ਫਿਰ ਵੀ ਇਹ ਗੱਲ ਕਹਿੰਦਾ ਨਿੱਠ ਕੇ ਕਿ ਮੈਂ ਕਦੇ ਮਾੜਾ ਗਾਇਆ ਨਹੀਂ ਤੇ ਮੈਂ ਕਦੇ ਮਾੜਾ ਗਾਉਣਾ ਨਹੀਂ ਤੇ ਕਈ ਲੋਕ ਇਹ ਕਹਿੰਦੇ ਵੀ ਅੱਜ ਕੱਲ ਮਾੜਾ ਗਾਏ ਬਿਨਾ ਸਰਦਾ ਹੀ ਨਹੀਂ ਯਾਰ ਜ਼ਮੀਰ ਨਾਂ ਦੀ ਵੀ ਕੋਈ ਚੀਜ਼ ਹੁੰਦੀ ਆ ਇਖਲਾਕੀ ਤੌਰ ਤੇ ਮਾੜਾ ਗਾਉਣ ਦੇ ਵਿੱਚ ਉਹਨਾਂ ਦੀ ਮਸ਼ਹੂਰੀ ਉਹਨਾਂ ਦੇ ਪੈਸੇ ਹੁਣ ਤੁਸੀਂ ਟਰੈਕਟਰਾਂ ਦੇ ਵਿੱਚ ਮੁੰਡਿਆਂ ਕੋਲ ਸੁਣੋ ਕਿੱਦਾਂ ਦੇ ਗਾਣੇ ਉਹਨਾਂ ਦੇ ਸੁਣ ਵੀ ਨਹੀਂ ਹੁੰਦੇ ਬਾਪੂ ਜੀ ਕਦੀ ਤੁਸੀਂ ਕਿਸੇ ਬੰਦੇ ਤੱਕ ਕੋਈ ਪਹੁੰਚ ਕੀਤੀ ਹੋਵੇ ਕਿ ਮੈਨੂੰ ਕੋਈ ਨੌਕਰੀ ਦੇ ਦਿਓ ਜਾਂ ਮੇਰਾ ਹੁਣ ਰੋਟੀ ਪਾਣੀ ਜਿਹੜਾ ਸਹੀ ਨਹੀਂ ਚੱਲਦਾ ਮੈਂ ਆ ਕੰਮ ਕਰਨ ਨੂੰ ਮਜਬੂਰ ਆ ਕਿਤੇ ਮੇਰੀ ਕੋਈ ਬਾਹ ਫੜ ਲਵੇ ਤੁਸੀਂ ਕਦੀ ਕਿਸੇ ਸਰਕਾਰ ਤੱਕ ਨਹੀਂ ਪਹੁੰਚ ਕੀਤੀ ਸਰਕਾਰ ਨੇ ਕਿਸੇ ਨੇ ਨਹੀਂ ਕਿਹਾ ਨਹੀਂ ਅੱਜ ਤੱਕ ਤੁਸੀਂ ਦੇ ਤੱਕ ਕਿੰਨਾ ਹੁਣ ਕੀਤਾ ਤੇ ਸਰਕਾਰ ਹੁਣ ਵੀ ਨਹੀਂ ਸੋਚ ਸਕਦੀ ਕਦੇ ਕਿਸੇ ਨੇ ਵੀ ਨਹੀਂ ਕਿਹਾ ਵੀ ਚਮਨ ਲਾਲ ਤੇਰੇ ਨਾਲ ਖੜੇ ਆ ਜੇ ਤੇਰੇ ਤੇ ਔਖਾ ਵੇਲਾ ਤੂੰ ਡੋਲਣਾ ਅਗਲਾ ਕਹਿੰਦਾ ਵੀ ਸੱਤ ਉੱਤੇ ਨਾ ਹੋ ਜਾਵੇ ਹਾਂ ਵੀ ਜੇ ਸੱਤ ਉੱਤੇ ਹੋਗੇ ਤਾਂ ਸਾਡੀ ਫੱਟੀ ਪਹੁੰਚ ਦੂਗਾ ਪਰ ਇਹ ਜੁੱਤੀਆਂ ਗੰਢਦੇ ਤੁਸੀਂ ਹਰ ਰੋਜ਼ ਇੰਨੇ ਵਰਿਆਂ ਤੋਂ ਕਈ ਦਹਾਕਿਆਂ ਤੋਂ ਗੰਢਦੇ ਆ ਲੋਕਾਂ ਦੀਆਂ ਜੁੱਤੀਆਂ ਚਮਕਾਉਂਦੇ ਹੋ ਉਹਨਾਂ ਦੇ ਤਲੇ ਲਾਉਂਦੇ ਹੋ ਉਹਨਾਂ ਦੀਆਂ ਜੁੱਤੀਆਂ ਨੂੰ ਸਵਾਰਦੇ ਹੋ ਕਦੇ ਇਸ ਗੱਲ ਦਾ ਫਿਕਰ ਜਾਂ ਨਹੀਂ ਹੁੰਦਾ ਵੀ ਯਾਰ ਆਪਦਾ ਭਵਿੱਖ ਨਹੀਂ ਚਮਕਿਆ ਜੁੱਤੀਆਂ ਤਾਂ ਚਮਕਾਈਆਂ ਹਾਂਜੀ ਹਾਂਜੀ ਝੋਰਾ ਤਾਂ ਹੁੰਦਾ ਹੈ ਆਓ ਜਿਨ੍ਹਾਂ ਮਾਵਾਂ ਦੇ ਪੁੱਤ ਨੇ ਪਰਦੇਸੀ ਉਹਨਾਂ ਮਾਵਾਂ ਦੇ ਉਹ ਦੇਖ ਲੈ ਤੂੰ ਹਿੱਲੇ ਉੱਡ ਕੇ ਬਹਿ ਜੀ ਵੇ ਤੂੰ ਸੋਹਣਿਆ ਮਦੀਨੇ ਜਿਨ੍ਹਾਂ ਪੈਣਾ ਦੇ ਜੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ ਮੈਂ ਹਰਮਨ ਸਿੰਘ ਤੇ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ ਸਤਿ ਸ਼੍ਰੀ ਅਕਾਲ ਟੈਣਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਚੜ੍ਹਦੀ ਕਲਾ ਅੱਜ ਅਸੀਂ ਆਪ ਮਹਿਮਾਨ ਦੇ ਕੋਲ ਚੱਲ ਕੇ ਆਏ ਹਾਂ ਬੜੀ ਖਾਸ ਕਿਸ਼ਤ ਚੱਜ ਦੇ ਵਿਚਾਰ ਦੇ ਵਿੱਚ ਲੈ ਕੇ ਆਏ ਹਾਂ ਸੋ ਕੌਣ ਨੇ ਮਹਿਮਾਨ ਉਹਦੇ ਉੱਪਰ ਜ਼ਰੂਰ ਚੱਲਣਾ ਤੇ ਹਰਮਨ ਜੀ ਇੱਕ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਉਚੇਚੇ ਤੌਰ ਦੇ ਉੱਤੇ ਗੱਲ ਕਹੀ ਕਿ ਸਾਨੂੰ ਗੜਸ਼ੰਕਰ ਦੇ ਵੱਲ ਜਾਣਾ ਚਾਹੀਦਾ ਜੀ ਦੂਜੀ ਗੱਲ ਇਹ ਆ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਵੀ ਸੰਵੇਦਨਸ਼ੀਲ ਸਾਡੇ ਦਰਸ਼ਕ ਹੈਗੇ ਆ ਉਹ ਅੱਜ ਦੀ ਇਸ ਕਿਸ਼ਤ ਨੂੰ ਵੇਖ ਕੇ ਪਸੀਜੇ ਵੀ ਜਾਣਗੇ ਤੇ ਉਹਨਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਹੋ ਜਾਊਗਾ ਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਬਿਲਕੁਲ ਅੱਜ ਸਿਖਰ ਦੇ ਉੱਤੇ ਆ ਤੇ ਕੱਲ ਨੂੰ ਉਤਰਾਈ ਵਾਲਾ ਸਮਾਂ ਵੀ ਆ ਜਾਂਦਾ ਵਕਤ ਆ ਜਿਹੜਾ ਉਹ ਕਿਸੇ ਇੱਕ ਬੰਦੇ ਦੇ ਹੱਥ ਦੇ ਵਿੱਚ ਨਹੀਂ ਫੜਿਆ ਜੀ ਅਸੀਂ ਅੱਜ ਇੱਥੇ ਭੁੰਜੇ ਬੈਠ ਕੇ ਤੇ ਇਸ ਪ੍ਰੋਗਰਾਮ ਨੂੰ ਕਰ ਰਹੇ ਹਾਂ ਜੀ ਤੇ ਇੱਥੇ ਕਿਉਂ ਬੈਠੇ ਆ ਕਿਉਂਕਿ ਇੱਕ ਆਪਣੇ ਸਮੇਂ ਦਾ ਬਹੁਤ ਮਸ਼ਹੂਰ ਗਵਈਆ ਹੋਇਆ ਚਮਨ ਲਾਲ ਚਾਂਦੀ ਜਿਨ੍ਹਾਂ ਦੇ ਗਾਣੇ ਆ ਜਿਹੜੇ ਉਹ ਬਹੁਤ ਸਾਰੇ ਸੱਭਿਆਚਾਰਕ ਮੇਲਿਆਂ ਦੇ ਉੱਤੇ ਸੁਣੇ ਜਾਂਦੇ ਸੀ ਉਹਨਾਂ ਦੇ ਕੋਲੇ ਪ੍ਰੋਗਰਾਮਾਂ ਦੀ ਕੋਈ ਘਾਟ ਨਹੀਂ ਸੀ ਲਾਲ ਚੰਦ ਯਮਲਾ ਜੱਟ ਦੇ ਉਹ ਪੱਕੇ ਸਾਥੀ ਵੀ ਰਹੇ ਤੇ ਉਹਨਾਂ ਨੇ ਲਾਲ ਚੰਦ ਯਮਲਾ ਜੱਟ ਨੂੰ ਉਸਤਾਦ ਵੀ ਧਾਰਿਆ ਬਿਲਕੁਲ ਸਹੀ ਪਰ ਸਮੇਂ ਨੇ ਇਹੋ ਜੀ ਪਲਟੀ ਮਾਰੀ ਕਿ ਅੱਜ ਚਮਨ ਲਾਲ ਚਾਂਦੀ ਇੱਥੇ ਬੈਠ ਕੇ ਜੁੱਤੀਆਂ ਕੱਢਣ ਵਾਸਤੇ ਮਜਬੂਰ ਆ ਉਹ ਆਪਣੇ ਬੁਰਸ਼ ਦੇ ਨਾਲ ਪਾਲਿਸ਼ ਤਾਂ ਕਰਦੇ ਬੂਟਾਂ ਨੂੰ ਚਮਕਾ ਦਿੰਦੇ ਆ ਪਰ ਉਹਨਾਂ ਦਾ ਆਪਣਾ ਭਵਿੱਖ ਗਾਇਕੀ ਦੇ ਵਿੱਚ ਨਹੀਂ ਚਮਕਿਆ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਚਮਨ ਲਾਲ ਚਾਂਦੀ ਉਸ ਟੀਸੀ ਦੇ ਉੱਤੇ ਨਹੀਂ ਪਹੁੰਚ ਸਕੇ ਚੰਗੀ ਆਵਾਜ਼ ਦੇ ਕਰਕੇ ਹੁਣ ਬਜ਼ੁਰਗ ਅਵਸਥਾ ਦੇ ਵਿੱਚ ਆ ਅੱਧੋਂ ਵੱਧ ਉਹਨਾਂ ਦੇ ਦੰਦ ਹੈ ਨਹੀਂ ਆਪਾਂ ਸਮਝ ਸਕਦੇ ਹਾਂ ਕਿ ਆਪਣੇ ਵੀ ਮਾਪੇ ਕਈਆਂ ਦੇ ਬਜ਼ੁਰਗ ਹੁੰਦੇ ਆ ਆਪਣੇ ਦਾਦੇ ਦਾਦੀ ਨੂੰ ਅਸੀਂ ਵੇਖਦੇ ਹਾਂ ਕਿ ਉਸ ਤਰੀਕੇ ਦਾ ਉਚਾਰਨ ਨਹੀਂ ਰਹਿੰਦਾ ਗਾ ਉਹਨਾਂ ਦੇ ਸ਼ਬਦ ਆ ਜਿਹੜੇ ਨਾ ਉਹ ਮੂੰਹ ਦੇ ਵਿੱਚੋਂ ਹਿੱਲ ਜਾਂਦੇ ਬਾਹਰ ਨਿਕਲਦੇ ਸੋ ਇਸ ਕਰਕੇ ਉਚਾਰਨ ਦੇ ਵਿੱਚ ਸ਼ਾਇਦ ਕੋਈ ਸਮੱਸਿਆ ਆਵੇ ਪਰ ਜਿਹੜੀ ਉਹਨਾਂ ਦੀ ਦਰਦ ਕਹਾਣੀ ਆ ਅੱਜ ਆਪਾਂ ਉਹ ਜਾਣਨੀ ਆ ਤੇ ਗੱਲਬਾਤ ਕਰਦੇ ਹਾਂ ਚਮਨ ਲਾਲ ਚਾਂਦੀ ਹੋਰਾਂ ਦੇ ਨਾਲ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਬਾਪੂ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਹਾਂ ਠੀਕ ਠਾਕ ਇੱਕ ਤਾਂ ਅਸੀਂ ਤੁਹਾਡੇ ਕੋਲ ਪਹਿਲੇ ਮਾਫੀ ਚਾਹੁੰਦੇ ਆ ਵੀ ਤੁਹਾਡੇ ਕੰਮ ਦੇ ਵਿੱਚ ਅਸੀਂ ਆ ਕੇ ਅੱਜ ਵਿਘਨ ਪਾਇਆ ਕੋਈ ਗੱਲ ਨਹੀਂ ਤੁਸੀਂ ਜੁੱਤੀ ਗੰਢ ਰਹੇ ਸੀਗੇ ਹਾਂਜੀ ਮੈਂ ਸਮਝ ਸਕਦਾ ਕਿ ਹੁਣ ਤਾਲਾਬੰਦੀ ਦੇ ਮੌਕੇ ਕੰਮ ਵੀ ਘਟਿਆ ਸਭ ਦਾ ਹਾਂਜੀ ਤੇ ਤੁਹਾਡੇ ਕੰਮ ਦੇ ਵਿੱਚ ਵਿਘਨ ਪਾਉਣ ਦੇ ਲਈ ਅਗਾਉਂ ਮਾਫੀ ਹਾਂਜੀ ਹਾਂਜੀ ਠੀਕ ਠਾਕ ਹੋ ਹਾਂ ਠੀਕ ਠਾਕ ਹੈ ਨਾ ਜਿੰਦਾਬਾਦ ਹੋ ਹਾਂ ਜਿੰਦਾਬਾਦ ਜੀ ਦੇਖੋ ਇਹ ਵੀ ਕਮਾਲ ਦੀ ਗੱਲ ਹੈ ਹਰਮਨ ਜੀ ਵੀ ਇੱਕ ਪਾਸੇ ਤਾਂ ਉਹਨਾਂ ਦੇ ਕੋਲੇ ਚੱਪਲ ਆ ਜਿਹੜੀ ਉਹਨੂੰ ਗੰਢ ਰਹੇ ਆ ਤੋਪਾ ਲਾ ਰਹੇ ਆ ਤੇ ਇੱਕ ਪਾਸੇ ਤੂੰਬੀ ਵੀ ਰੱਖੀ ਆ ਉਹਦੇ ਉੱਤੇ ਲਿਖਿਆ ਹੋਇਆ ਚਮਨ ਲਾਲ ਚਾਂਦੀ ਇਹ ਹੈ ਕਲਾ ਦਾ ਇਸ਼ਕ ਜੀ ਇਹ ਹੈ ਸੰਗੀਤ ਦੇ ਨਾਲ ਸਾਂਝ ਬਾਪੂ ਜੀ ਇਹ ਦੱਸੋ ਕਿ ਤੁਸੀਂ ਗਾਉਂਦੇ ਰਹੇ ਹੋ ਹਾਂਜੀ
ਬਹੁਤ ਤੁਸੀਂ ਨਾਮਣਾ ਵੀ ਖੱਟਿਆ। ਹਾਂਜੀ ਪੂਰੇ ਇਲਾਕੇ ਦੇ ਵਿੱਚ ਆਲੇ ਦੁਆਲੇ ਦੇ ਖੇਤਰ ਦੇ ਵਿੱਚ ਤੁਹਾਡੇ ਨਾਂ ਦੀ ਧੁੰਮ ਰਹੀ ਆ। ਹਾਂਜੀ ਤੇ ਹੁਣ ਤੁਸੀਂ ਜੁੱਤੀਆਂ ਕੱਢਣ ਵਾਸਤੇ ਮਜਬੂਰ ਆ, ਜਦੋਂ ਵਕਤ ਦੇ ਫੇਰ ਦੇ ਵੱਲ ਝਾਤ ਮਾਰਦੇ ਹੋ, ਪਿਛਾਂਹ ਨੂੰ ਝਾਤ ਮਾਰਦੇ ਹੋ, ਮਨ ਦੇ ਵਿੱਚ ਕਿਹੋ ਜਿਹੇ ਖਿਆਲ ਆਉਂਦੇ ਆ? ਕਦੇ ਬੜਾ ਚੰਗਾ ਵੇਲਾ ਸੀਗਾ। ਹਾਂਜੀ ਹਾਂਜੀ ਹੁਣ ਝਾਇਆ, ਹੁਣ ਬਜ ਰਹੀ ਹੈ, ਹੁਣ ਅਸੀਂ ਕੀ ਕਰ ਸਕਦੇ ਹਾਂ? ਜਿਹੜਾ ਹੁਣ ਵੇਲਾ, ਹੁਣ ਜਿੱਦਾਂ ਦਾ ਹੁਣ ਆਉਣਾ, ਉਹ ਟਾਈਮ ਕੱਢਣਾ ਪੈਣਾ। ਜੇ ਹੁਣ ਚੰਗਾ ਹੋ ਜਾਊਗਾ ਤਾਂ ਚੰਗਾ ਕੱਢ ਲਵਾਂਗੇ, ਜੇ ਹੁਣ ਮਾੜਾ ਟਾਈਮ ਮਾੜਾ ਕੱਢ ਲਵਾਂਗੇ। ਕਦੇ ਸੋਚਿਆ ਸੀ ਵੀ ਗਾਇਕ ਬਣੋਗੇ? ਗਾਇਕ ਤਾਂ ਅਸੀਂ ਕਹਿੰਦੇ ਵੀ ਬਣਾਂਗੇ, ਪਰ ਫਿਰ ਇਹ ਆ ਗਾਇਕ ਬਣੇ ਵੀ ਆ, ਇਹ ਨਹੀਂ ਵੀ ਨਹੀਂ, ਗਾਇਕ ਬਣੇ ਵੀ ਆ, ਪਰ ਹੁਣ ਪਿੱਛਾ ਨਹੀਂ ਇੰਨਾ ਚੱਕ ਹੋਇਆ। ਕਦੇ ਇਹ ਸੋਚਿਆ ਸੀ ਵੀ ਜੁੱਤੀਆਂ ਵੀ ਗੰਢਾਂਗੇ? ਇਹ ਵੀ ਸੋਚਿਆ ਨਹੀਂ ਸੀ ਹੈਗਾ, ਨਹੀਂ ਸੋਚਿਆ ਸੀ ਵੀ ਅਸੀਂ ਇਹ ਕੰਮ ਕਰਾਂਗੇ, ਪਰ ਰੱਬ ਨੇ ਵੀ ਸਾਨੂੰ ਲਾ ਦਿੱਤਾ, ਫਿਰ ਸਾਨੂੰ ਫਿਰ ਕਰਨਾ ਪਿਆ ਕੰਮ। ਤੁਹਾਡੇ ਪਰਿਵਾਰ ਦੇ ਵਿੱਚ ਕੋਈ ਹੋਰ ਵੀ ਗਾਉਂਦਾ ਸੀ? ਉਹ ਸਾਡੇ ਬਜ਼ੁਰਗ ਗਾਉਂਦੇ ਸੀ, ਪਾਪਾ ਜੀ, ਉਹਨੇ ਯਮਲਾ ਨੇ ਪਾਕਿਸਤਾਨ 'ਚ ਇਕੱਠੇ ਰਹਿੰਦੇ ਸੀਗੇ। ਅੱਛਾ ਜੀ। ਉੱਥੇ ਉਹਨਾਂ ਦੇ ਨਾਲ ਗਾਉਣਾ ਵਜਾਉਣਾ ਕਰਦੇ ਸੀਗੇ। ਉਹ ਤੋਂ ਬਾਅਦ ਫਿਰ ਇੱਧਰ ਵੀ ਆ ਗਏ, ਇੱਧਰ ਵੀ ਫਿਰ ਆਪਣੇ ਲੁਧਿਆਣੇ ਅਸੀਂ ਫਿਰ ਰਹਿਣ ਲੱਗ ਪਏ, ਉੱਥੇ ਵੀ ਕਰਦੇ ਰਹੇ। ਮੇਰੇ ਭਰਾ ਵੀ ਲੁਧਿਆਣੇ ਰਹਿੰਦੇ ਆ, ਉਹ ਵੀ ਸਾਰੇ ਉਹ ਵੀ ਕੰਮ ਉੱਥੇ ਆਪਣੇ ਹੁਣ ਹੌਜਰੀ 'ਚ ਕਰਦੇ। ਫਿਰ ਮੈਂ ਉੱਥੇ ਕੰਮ ਕਰਕੇ ਅਤੇ ਫਿਰ ਮੈਂ ਉਸਤਾਦ ਵੀ ਉਹਨਾਂ ਕੋਲ ਜਾਂਦੇ ਰਹੇ। ਹਾਂ, ਜੱਟ ਯਮਲਾ ਜਾਂਦੇ, ਅਤੇ ਉਹਨਾਂ ਕੋਲ ਜਾ ਕੇ 2 ਘੰਟੇ ਉਹਨਾਂ ਕੋਲ ਅਸੀਂ ਰਿਆਜ਼ ਕਰਨਾ। ਤੁਸੀਂ ਸ਼ੌਂਕੀਆ ਹੀ ਉੱਥੇ ਜਾ ਕੇ ਸਿੱਖਦੇ ਰਹੇ ਹੋ ਗੀਤ ਸੰਗੀਤ? ਹਾਂ, ਪਹਿਲਾਂ ਉੱਥੇ ਸਿੱਖਿਆ ਜੀ, ਬਾਪੂ ਜੀ ਕਰਕੇ ਸਿੱਖਿਆ। ਉਹਨਾਂ ਕੋਲ ਨਹੀਂ, ਬਾਪੂ ਜੀ ਕਦੇ ਨਹੀਂ ਫਿਰ ਸਿਖਾਲਿਆ, ਉਹਨੇ ਫਿਰ ਉਹਨਾਂ ਉਸਤਾਦ ਉਹਨਾਂ ਕੋਲ ਜਾਣਾ ਪਿਆ। ਉਹ ਕਹਿੰਦਾ ਵੀ ਇਹਨਾਂ ਦੇ ਅਸੀਂ ਕੁਛ ਮਾਰ ਵੀ ਨਹੀਂ ਸਕਦੇ, ਕਿਉਂਕਿ ਉਹਨਾਂ ਕੋਲ ਅਗਲੇ ਕਹਿ ਵੀ ਸਕਦੇ, ਉਹਦਾ ਫਿਰ ਡੰਡੀ ਨਾਲ ਤੂੰਗੀ ਵੀ ਤੋੜੀ, ਉਂਗਲ ਵੀ ਤੋੜ ਦਿੱਤੀ। ਕਿਹਨੇ? ਬਾਪੂ ਜੀ ਨੇ, ਜਮਲਾ ਸਾਹਿਬ ਨੇ ਮਾਰਿਆ ਵੀ ਸੀਗਾ। ਕਿਉਂ? ਹੋਰ ਮੈਂ ਮੁੰਡਾ ਗੁੰਡਾ ਸੀਗਾ, ਮੈਂ ਤਾਂ ਗਾ ਨਹੀਂ ਸੀ ਹੋਇਆ। ਇੱਕ ਵਾਰੀ ਚੰਗੀ ਤਰ੍ਹਾਂ ਵਾਰਡਨ ਨਹੀਂ ਆਈ, ਉਹਨੇ ਫਿਰ ਮੇਰੇ ਠੋਕਿਆ। ਕੀ ਮਾਰਿਆ? ਪਾਪਾ ਜੀ ਕਹਿੰਦਾ ਜੀ, ਕਹਿੰਦਾ ਕਰਾ ਹੋਇਆ ਇੱਦਾਂ ਚੁੰਬੀ ਦੇ, ਉਹਨੇ ਇੱਦਾਂ ਜ਼ੋਰ ਕੀ ਮਾਰੀ। ਅੱਛਾ। ਹਾਂ, ਉਸੇ ਵਾਰ ਉਹਨੇ ਉਂਗਲੀ ਤੋੜਤੀ। ਅੱਛਾ। ਹਾਂਜੀ, ਮਤਲਬ ਉਸ ਤੋਂ ਬਾਅਦ ਮੈਨੂੰ ਜ਼ੋਰ ਲੱਗ ਗਿਆ। ਛਪਾਰ ਦੇ ਮੇਲੇ 'ਚ ਗਏ ਸੀ ਅਸੀਂ, ਉਹ ਬੜਾ ਮਸ਼ਹੂਰ ਆ ਛਪਾਰ ਦੇ ਮੇਲੇ, ਮੈਂ ਕੰਬਣ ਜਿਹਾ ਲੱਗ ਪਿਆ। ਉਹਨੇ ਫਿਰ ਨਾ ਉਹਨੇ ਇੱਦਾਂ ਡੰਡੀ ਮਾਰੀ ਮੇਰੇ ਪਿੱਛੇ, ਕਹਿੰਦਾ ਕਹਿੰਦਾ ਸਾੜਿਆ, ਕਹਿੰਦਾ ਮਗਰ ਭਾਊ ਬੈਠੇ ਨੇ ਜਿੱਦਾਂ ਬੋਲਦੇ, ਭਾਸ਼ਾ ਹੀ ਬੋਲੀ ਬੋਲਦੇ ਨਾ, ਆਉਂਦੇ ਜੋ ਜਾਂਦੇ ਜੋ ਇੱਦਾਂ ਕਰਕੇ ਬਹੁਤ ਬੋਲਦੇ, ਇਹੀ ਬੋਲੀ ਸੀ ਉਹਨਾਂ ਦੀ ਸਾਰਿਆਂ। ਹਾਂਜੀ, ਤਾਂ ਕਰਕੇ ਫਿਰ ਦੁੱਖ ਜਾ ਨਹੀਂ ਹੋਇਆ ਵੀ ਉਸਤਾਦ ਜੀ ਨੇ ਉਂਗਲ ਤੋੜਤੀ ਸੀ? ਦੁੱਖ ਤਾਂ ਫਿਰ ਹੁਣ ਦੁੱਖ ਲੱਗੇ ਤਾਂ ਫਿਰ ਘਰ ਨੂੰ ਜਾਓ, ਉਸਤਾਦ ਦੀ ਮਾਰ ਖਾਵਾਂਗੇ ਤਾਂ ਬਣਾਂਗੇ ਬੰਦੇ। ਕੀ ਬਾਤ ਹੈ ਜੀ, ਜੇ ਉਸਤਾਦ ਦੀ ਮਾਰ ਹੀ ਨਹੀਂ ਖਾਣੀ ਤਾਂ ਬਣਨਾ ਕਰਨ ਨਾਲ। ਹੁਣ ਤਾਂ ਕਲਾਕਾਰਾਂ ਦਾ ਇੱਕ ਹਿੱਸਾ ਨਵੇਂਪੁਰ ਦਾ ਕਹਿੰਦਾ ਵੀ ਆਪਣਾ ਕੋਈ ਉਸਤਾਦ ਨਹੀਂ। ਹਾਂਜੀ, ਤੇ ਜਿਹੜੇ ਸੁਣਨ ਵਾਲੇ ਉਹ ਕਹਿੰਦੇ ਵੀ ਕੀ ਬਾਤ ਆ ਉਸਤਾਦ ਦੀ, ਸਮਾਂ ਬਦਲ ਗਿਆ। ਹੁਣ ਇੱਕ ਗੱਲ ਹੈ, ਮੈਂ ਮਹਾਰਾਜ ਦੇ ਡਰ ਕਹਿੰਦਾ, ਜੋ ਸਾਨੂੰ ਯਮਲਾ ਜੀ ਨੇ ਦੱਸਿਆ, ਹੋਰ ਕਿਸੇ ਨੇ ਸਾਨੂੰ ਦੱਸਿਆ, ਜੋ ਉਹਨੇ ਕਿਹਾ ਉਹ ਅਸੀਂ ਮੰਨਿਆ। ਜੋ ਉਹਨੇ ਆਪਣੀ ਪੱਗ ਜਿਹੜੀ ਆਪਣੇ ਸਿਰ ਦੀ ਸਾਡੇ ਸਿਰ 'ਤੇ ਰੱਖਤੀ, ਕਹਿੰਦਾ ਮੇਰੀ ਆਹੀ ਕੁਛ ਆ ਮੇਰੇ ਕੋਲ, ਨਾ ਮੈਂ ਤੁਹਾਨੂੰ ਕੁਛ ਦੇ ਸਕਦਾ, ਦੇਣਾ ਤਾਂ ਕਹਿੰਦਾ ਖੁਦਾ ਨੇ ਆ, ਪਰ ਬੰਦਾ ਠੀਕ ਸਾ ਮੇਰਾ ਉਸਤਾਦ। ਕਿੰਨੇ ਸਾਲ ਸਿੱਖਦੇ ਰਹੇ ਆ? ਅਸੀਂ ਉਹਨਾਂ ਦੇ 8 ਸਾਲ ਉਹਨਾਂ ਨਾਲ ਕਰੇ ਜੀ। ਸਾਡੀ ਦੁਕਾਨ 'ਤੇ ਆਉਂਦੇ ਰਹੇ ਆ, ਮਖੂ ਸ਼ਹਿਰ ਫਿਰੋਜ਼ਪੁਰ ਵੱਲ ਵੀ ਅਸੀਂ ਰਹਿ ਕੇ ਆਏ, ਉੱਥੇ ਵੀ ਸਾਡੇ ਘਰ ਆਉਂਦੇ। ਕਿੰਨੀਆਂ ਸਟੇਜਾਂ ਦੇ ਉੱਤੇ ਇਕੱਠੇ ਗਏ ਹੋਣਗੇ? ਇਕੱਠੇ ਅਸੀਂ ਕਈ ਵਾਰੀ ਗਏ। ਹਾਂਜੀ, ਉਦੋਂ ਤਾਂ ਸਾਹ ਜੇ ਲੈ ਕੇ ਜਾਣਾ, ਢੋਲਕੀ ਸੀ, ਤੂੰਬੀ ਸੀਗੀ, ਬਾਕੀ ਸਾਈਕਲ ਪਰ ਵੀ ਚੱਲ ਜਾਂਦੇ ਸੀ, ਉਹ ਵੀ ਦੇਸੀ ਬੰਦੇ ਸੀ ਉਸ ਵੇਲੇ। ਬਾਪੂ ਜੀ, ਕੋਈ ਮੋਟੀ ਮੋਟੀ ਗਿਣਤੀ ਕਰਨੀ ਹੋਏ ਵੀ ਕਿੰਨੇ ਸਾਲ ਦੋਵੇਂ ਇਕੱਠੇ ਗਾਉਂਦੇ ਰਹੇ? ਇਕੱਠੇ ਅਸੀਂ 4 ਸਾਲ ਤਾਂ ਅਸੀਂ ਲਾਏ ਜਾ ਜੀ। ਹਾਂਜੀ, ਇੱਦਾਂ ਦੇ ਇਹਨਾਂ ਨੂੰ ਬੀਬੀ ਹੋਣੀ, ਫਿਰ ਬਾਅਦ 'ਚ ਆਏ ਉਹਨਾਂ ਦੇ ਘਰੋਂ ਮਰ ਗਈ ਸੀ, ਫਿਰ ਨਾਲ ਦੂਜੀ ਬੀਬੀ। ਫਿਰ ਪੈਸੇ ਪੂਸੇ ਉਸ ਵਕਤ ਕਾਫੀ ਕਮਾਏ? ਉਸ ਵੇਲੇ ਪੈਸੇ ਦਾ 1-1 ਰੁਪਈਏ ਤਾਂ ਆਉਂਦਾ ਸੀ ਸਾਰਾ, ਉਹ ਕਿੰਨੇ ਕਹਾਉਂਦੇ ਸੀ। ਉਹਨਾਂ ਨੂੰ 250 ਰੁਪਏ ਦੇ ਜਾਂਦੇ ਸੀਗੇ ਸਾਰੇ, 250 ਮੈਂ ਨਾ ਰਖਾਉਂਦਾ ਸੀ ਉਹਦੇ, ਜਮਲਾ ਸਾਹਿਬ ਗਿਆ ਜੀ 250 ਰੁਪਈਆ। ਹਾਂਜੀ, ਤੇ ਉਹਨਾਂ ਮੇਲਿਆਂ ਦੇ ਵਿੱਚ ਜੋ ਤੁਸੀਂ ਉਹਨਾਂ ਦੇ ਨਾਲ ਜਾਂਦੇ ਹੁੰਦੇ ਸੀ, ਤਾਂ ਮਹੀਨੇ 'ਚ ਕਿੰਨੇ ਕੁ ਪ੍ਰੋਗਰਾਮ ਲਾ ਲੈਂਦੇ ਸੀ? ਪ੍ਰੋਗਰਾਮ ਆ ਜਾਂਦੇ ਸੀ, ਕਾਫੀ ਪ੍ਰੋਗਰਾਮ ਆ ਜਾਂਦੇ ਸੀ ਜੀ। ਸਾਨੂੰ ਤਾਂ ਉਹੀ ਮਿਲ ਜਾਂਦੇ, 5-6 ਰੁਪਈਏ ਮਿਲਦੇ ਸੀ ਸਾਨੂੰ, ਥੋੜ੍ਹੇ ਜ਼ਿਆਦਾ ਦੇਣੇ। ਹਾਂਜੀ, ਅਸੀਂ ਤਾਂ ਸਿੱਖਣਾ ਹੀ ਸੀਗਾ, ਸਿੱਖਣ ਵਾਲੇ ਨੂੰ ਪੈਸੇ ਨਹੀਂ। ਤੁਸੀਂ ਉਸਤਾਦ ਦੀ ਮਾਰ ਵੀ ਖਾਧੀ? ਹਾਂਜੀ, ਮਾਰ ਖਾਧੀ। ਤੁਸੀਂ ਘਰ ਵੀ ਛੱਡਿਆ? ਹਾਂਜੀ। ਤੁਸੀਂ ਮਿਹਨਤ ਵੀ ਬਹੁਤ ਕੀਤੀ? ਹਾਂਜੀ। ਪਰ ਰਿਕਾਰਡਿੰਗ ਕਿਉਂ ਨਹੀਂ ਕਰਵਾਈ? ਰਿਕਾਰਡਿੰਗ ਨਾਲ ਇੱਕ ਵਾਰੀ, ਕਈ ਵਾਰੇ ਪਹਿਲਾਂ ਵੀ ਮੁਲਾਕਾਤ ਕੀਤੀ? ਹਾਂਜੀ ਹਾਂਜੀ। ਤੁਸੀਂ ਦੱਸਿਆ ਸੀ ਮੈਂ ਰਿਕਾਰਡਿੰਗ ਨਹੀਂ ਕਰਵਾਈ, ਕਾਰਨ ਕੀ ਸੀਗਾ? ਕਾਰਨ ਜੀ, 5-6 ਭਰਾ ਸੀ, ਗਰੀਬੀ ਜ਼ਿਆਦਾ ਸੀ, ਅਤੇ ਇੰਨਾ ਬੋੜਾ ਵੀ ਇੰਨਾ ਕੰਮ ਨਹੀਂ ਸੀ ਕਰਦਾ। ਹਾਂਜੀ, ਹਾਲਾਤ ਨੇ ਜ਼ਿਆਦਾ ਦੱਬੇ ਸੀਗੇ, ਪੈਸਾ ਕੋਈ ਹੈ ਨਹੀਂ ਸੀਗਾ ਉਸ ਵੇਲੇ। ਹਾਂਜੀ, ਹੁਣ ਜਿਹੜੇ ਤਗੜੇ ਕਲਾਕਾਰ, ਉਹਨਾਂ ਕੋਲ ਜ਼ਮੀਨਾਂ ਵੀ ਆ, ਉਹ ਤਗੜੇ ਘਰਾਂ ਦੇ ਬੰਦੇ ਵੀ ਆ, ਉਹਨੀ ਰਿਕਾਰਡ ਆ ਵੀ ਕਰਾ ਲੈਣ, ਸਾਡਾ ਕਿੱਥੋਂ ਹੋ ਜਾਣਾ ਸੀ। ਹਾਂਜੀ, ਯਮਲਾ ਜੀ ਦੇ ਵੀ ਬੜੇ ਮਸੀਹ ਹੋਏ ਸੀਗੇ ਰਿਕਾਰਡ, ਉਸ ਤੋਂ ਬਾਅਦ ਫਿਰ ਇਹਨਾਂ ਦਾ ਕੰਮ ਰਿੜ ਪਿਆ। ਅਤੇ ਕਦੇ ਯਮਲਾ ਜੀ ਨੇ ਮਦਦ ਦੀ ਗੱਲ ਨਹੀਂ ਕੀਤੀ ਵੀ ਚਲੋ ਤੁਹਾਡੀ ਰਿਕਾਰਡਿੰਗ ਮੈਂ ਕਰਵਾ ਦਿੰਦਾ? ਇੱਦਾਂ ਨਹੀਂ ਕਿਸੇ ਨੇ ਸੋਚਿਆ, ਇੱਦਾਂ ਨਹੀਂ ਕੋਈ ਕਹਿੰਦਾ ਹੁੰਦਾ।
ਜਦੋਂ ਤੁਸੀਂ ਮੇਲਿਆਂ 'ਚ ਜਾ ਕੇ ਗਾਉਂਦੇ ਸੀ, ਮੇਲਿਆਂ 'ਤੇ ਜਾਈਦੇ ਸੀ, ਬਹੁਤ ਸਾਰੇ ਸਰੋਤੇ ਤੁਹਾਨੂੰ ਚਾਹੁਣ ਵਾਲੇ, ਤੁਹਾਡੀ ਆਵਾਜ਼ ਨੂੰ ਪਿਆਰ ਕਰਨ ਵਾਲੇ, ਹਾਂਜੀ ਹਾਂਜੀ, ਉਹਨਾਂ 'ਚੋਂ ਵੀ ਕਦੇ ਨਹੀਂ ਕਿਸੇ ਨੇ ਕਿਹਾ ਵੀ ਤੁਸੀਂ ਗਾਣਾ ਰਿਕਾਰਡ ਕਰਾਓ, ਅਸੀਂ ਪੂੰਜੀ ਨਿਵੇਸ਼ ਕਰਾਂਗੇ। ਇੱਦਾਂ ਨਹੀਂ ਕਿਸੇ ਕੋਈ ਇੱਦਾਂ ਕੋਈ ਕਿਸੇ ਕਹਿੰਦਾ, ਇੱਦਾਂ ਨਹੀਂ ਕਹਿੰਦਾ ਕੋਈ, ਜਿੱਦਾਂ ਕੋਈ ਕਹਿੰਦਾ ਹੋਵੇ ਫਿਰ ਤਾਂ ਘਾਟਾ। ਹੁਣ ਅਸੀਂ ਕਿੰਨਾ ਦੇਰ ਲਗਾਉਂਦੇ ਹਾਂ, ਹੁਣ ਵੀ ਆ ਮੇਰਾ ਮੁੰਡੇ ਨੂੰ ਨਹੀਂ ਕਿਸੇ ਨੇ ਕਹਿਤਾ ਵੀ ਮੈਂ ਰਿਕਾਰਡ ਕਰਾਂ, ਆ ਮੈਂ ਹੁਣ ਉਹਨੂੰ ਕੋਲੋਂ ਪੈਸੇ ਚੱਕ ਕੇ ਦਿੱਤੇ, ਇੱਕ ਮੁੰਡੇ ਨੇ ਉਹਨੂੰ ਪੈਸੇ ਘੱਲਦੇ ਆ 30,000 ਰੁਪਇਆ, ਤਾਂ ਉਹਦੀ ਉਹਨੂੰ ਸ਼ੂਟਿੰਗ ਕਰਾਈ ਆ, ਹਾਂਜੀ, ਤਾਂ ਉਹਦੇ ਰਿਕਾਰਡ ਉਹਦਾ ਹੋਇਆ ਇੱਕ। ਤੁਸੀਂ ਯਮਲਾ ਜੱਟ ਸਾਹਿਬ ਦੇ ਨਾਲ ਸਭ ਤੋਂ ਵੱਧ ਸਟੇਜ ਦੇ ਉੱਤੇ ਕਿਹੜਾ ਗੀਤ ਗਾਉਂਦੇ ਹੁੰਦੇ ਸੀਗੇ? ਇਹ ਉਹਦਾ ਗੀਤ ਅਸੀਂ ਇੱਕ ਗਾਇਆ ਠੰਡੀ ਠੰਡੀ ਆਵਾਜ਼ ਚੱਲਣਾ ਪੈਂਦੀ ਆ ਪਵਾਰ, ਇੱਕ ਦੂਜਾ ਮੇਰੇ ਯਾਰ ਮੈਂ ਸਬਰਾ ਇੱਕ ਤਸਵੀਰ ਬਣਾ, ਤਾਂ ਉਸ ਗੀਤ ਦੀ ਪੇਸ਼ਕਾਰੀ ਹੋ ਜੀ ਸਥਾਈ ਤੇ ਅੰਤਰਾ ਸੰਖੇਪ ਦੇ ਵਿੱਚ। ਮੇਰੇ ਯਾਰ ਮਸਬਰਾ ਤਸਵੀਰ ਬਣਾ ਦੇ, ਮੇਰੇ ਯਾਰ ਮਸਬਰਾ ਤਸਵੀਰ ਬਣਾ ਦੇ, ਆ ਗੜੀ ਚੋਂ ਨਿਕਲੇ ਕਲਗੀਆਂ ਵਾਲਾ, ਗੜੀ ਚੋਂ ਨਿਕਲੇ ਕਲਗੀਆਂ ਵਾਲਾ ਹੱਥ ਦੇ ਸ਼ਮਸ਼ੀਰ ਵਿਖਾ ਦੇ, ਮੇਰੇ ਯਾਰ ਮਸਬਰਾ ਤਸਵੀਰ ਬਣਾ ਦੇ, ਮਹਿਲਾਂ ਵਿੱਚ ਬਹਾਰ ਵੀ ਹੋਵੇ, ਮਹਿਲਾਂ ਵਿੱਚ ਬਹਾਰ ਵੀ ਹੋਵੇ, ਗੁਜਰੀ ਦਾ ਪਰਿਵਾਰ ਵੀ ਹੋਵੇ, ਨੀਲਾ ਕੋੜਾ ਆਵਾਜ਼ ਵੀ ਹੋਵੇ, ਮੇਰੇ ਯਾਰ ਮਸਬਰਾ ਇੱਕ ਤਸਵੀਰ ਬਣਾ ਦੇ, ਗੜੀ ਚੋਂ ਨਿਕਲੇ ਕਲਗੀਆਂ ਵਾਲਾ ਹੱਥ ਦੇ ਸ਼ਮਸ਼ੀਰ ਵਿਖਾ ਦੇ, ਪਿੰਡ ਦਾ ਸਰਾਣਾ ਲਾਇਆ ਹੋਵੇ, ਓ ਪਿੰਡ ਦਾ ਸਰਾਣਾ ਲਾਇਆ ਹੋਵੇ, ਕੰਡਿਆਂ ਦੀ ਛੇਜ ਵਿਛਾਈ ਵੀ ਹੋਵੇ, ਇੱਕ ਨਾਲ ਤੇਗ ਵੀ ਲਾਈ ਵੀ ਹੋਵੇ, ਪੁੱਤਰਾਂ ਦੀ ਯਾਦ ਆਈ ਵੀ ਹੋਵੇ, ਆ ਜੁਮਲੇ ਜੜਦੀ ਤੂੰ ਵੀ ਕਹਿੰਦੀ ਜਾਮਲੀ ਰੋਲੀ ਵਿਖਾ ਦੇ, ਮੇਰੇ ਯਾਰ ਮਸਬਰਾ ਤਸਵੀਰ ਬਣਾ ਦੇ, ਮੇਰੇ ਯਾਰ ਮਸਬਰਾ। ਬਹੁਤ ਖੂਬ, ਤੁਹਾਡੇ ਇਹ ਸਾਡੇ ਜਮਲਾ ਸਾਹਿਬ ਦੇ ਤੁਹਾਡੇ ਜਜ਼ਬੇ ਨੂੰ ਸਲਾਮ ਕਰਦੇ ਆ। ਹਾਂਜੀ, ਦੇਖੋ ਉਮਰ ਦੇ ਇਸ ਮੋੜ ਦੇ ਉੱਤੇ, ਹਾਂਜੀ, ਜਦੋਂ ਕੰਮ ਹੋਰ ਕਰਨੇ ਪੈ ਰਹੇ ਮਜਬੂਰੀ ਦੇ ਵਿੱਚ, ਤੂੰ ਵੀ ਦੇ ਨਾਲ ਸਾਂਝ ਰੱਖਣੀ, ਹਾਂਜੀ, ਤੇ ਫੇਰ ਵੀ ਗਾਉਣਾ, ਹਾਂਜੀ, ਇਹ ਬਹੁਤ ਵੱਡੀ ਗੱਲ। ਹਾਂਜੀ 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 ਬਾਪੂ ਜੀ, ਆਪਾਂ ਰਿਕਾਰਡਿੰਗ ਦੀ ਗੱਲ ਕਰ ਰਹੇ ਸੀ ਤੁਹਾਡੀ, ਹਾਂਜੀ, ਰਿਕਾਰਡਿੰਗ ਦੀ, ਮਨ ਦੁਖੀ ਤਾਂ ਹੁੰਦਾ ਹੋਏਗਾ ਵੀ ਰਿਕਾਰਡਿੰਗ ਨਹੀਂ ਹੋਈ, ਕੋਈ ਪਛਾਣ ਨਹੀਂ ਬਣ ਸਕੀ ਜਿਹੜੀ ਬਣਨੀ ਚਾਹੀਦੀ? ਕੋਈ ਨਹੀਂ ਜੀ, ਸਾਡੀ ਇਹਦੇ 'ਚ ਝੂਠ ਥੋੜੀ ਮਾਰਨਾ ਪਈ, ਸਾਡੀ ਕੁਐਸ਼ ਜਿਹੜੀ ਪੂਰੀ ਹੋਈ ਨਹੀਂ ਜੀ, ਪੂਰੀ ਕੁਐਸ਼ ਨਹੀਂ ਹੋਈ ਵੀ ਜੇ ਸਾਡਾ ਰਿਕਾਰਡ ਨਹੀਂ ਤਾਂ ਸਾਡਾ ਨਾਂ ਤਾਂ ਰਹਿੰਦਾ, ਵੀ ਲੈ ਵੀ ਫਲਾਂਦੇ ਦਾ ਰਿਕਾਰਡ ਹੈ, ਜਮਲੇ ਦਾ ਰਿਕਾਰਡ। ਤੁਹਾਡੀ ਉਮਰ ਕਿੰਨੀ ਹੈ ਹੁਣ? ਉਮਰ ਮੇਰੀ 70 ਦੇ ਗੇੜ ਹੋਣੀ ਹੈ। ਅੱਛਾ, ਹਾਂਜੀ, ਤੁਸੀਂ ਬਹੁਤ ਮੇਲੇ ਲਾਏ ਉਸ ਵੇਲੇ, ਹੈ, ਜਦੋਂ ਤੁਸੀਂ ਅੱਡ ਹੋ ਗਏ ਯਮਲਾ ਜੱਟ ਹੋਰਾਂ ਤੋਂ, ਹਾਂ, ਫਿਰ ਤੁਸੀਂ ਕੱਲਿਆਂ ਨੇ ਵੀ ਬਹੁਤ ਮੇਲੇ ਲਾਏ ਹੋਣੇ? ਕਿਹਨ ਲਾਏ? ਮੇਲੇ ਬਹੁਤ ਲਾਏ ਆ, ਹਾਂ, ਬਹੁਤ ਮੇਲੇ ਲਾਏ, ਗਾਣੇ ਵੀ ਗਾਉਂਦੇ, ਇੱਧਰ ਵੀ ਫਿਰੋਜ਼ਪੁਰ ਦੇ ਇਲਾਕੇ 'ਚ ਵੀ ਲਾਏ ਆ, ਇੱਧਰ ਫਰੀਦਕੋਟ ਵੱਲ ਵੀ ਲਾਏ ਆ, ਹਾਂਜੀ, ਅਤੇ ਇੱਧਰ ਆਪਣੇ ਮੋਗੇ ਜ਼ਿਲ੍ਹੇ ਜਗਰਾਵਾਂ ਵੱਲ ਵੀ ਲਾਏ ਆ। ਉਹ ਤਾਂ ਬੜੇ ਬੁੜਕਦੇ ਸੀਗੇ, ਅਸੀਂ ਚਾਦਰਾ ਕੁੜਤਾ ਲਾਉਣਾ, ਚਿੱਟਾ ਵੀ ਪਾਉਂਦੇ ਰਹੇ, ਜਾਕਟ ਵੀ ਪਾਉਂਦੇ ਰਹੇ, ਨਾ ਇੱਦਾਂ ਤਾਂ ਨਹੀਂ ਕਰ ਰਹੇ, ਜਮਲੇ ਨੇ ਪੂਰੀ ਥਾਪਣਾ ਦੇ ਕੇ ਕਰੀ ਆ, ਪਰ ਇੱਕ ਗੱਲ ਹੈ, ਅੱਜ ਤੱਕ ਮੈਂ ਕਿਹਨੂੰ, ਮੈਨੂੰ ਇਹ ਨਹੀਂ ਕਿਸੇ ਨੇ ਕਿਹਾ ਵੀ ਇਹਨੇ ਮਾੜਾ ਗਾ ਕੇ ਗਿਆ, ਸਾਨੂੰ ਚੰਗਾ ਹੀ ਕਿਹਾ ਹੋਊਗਾ ਕਿਸੇ ਨੇ, ਹਾਂਜੀ, ਬੀਬੀਆਂ ਨੇ ਵੀ ਅਤੇ ਬੱਚਿਆਂ ਨੇ ਵੀ, ਛੋਟੇ ਲੜਕੀਆਂ ਨੇ ਵੀ, ਸਾਰਿਆਂ ਨੇ ਚੰਗਾ ਕਿਹਾ, ਅਸੀਂ ਲੋਕ ਆਸਾ ਹੀ ਗਾਇਆ, ਅਸੀਂ ਗੰਦ ਨਹੀਂ ਗਾਇਆ। ਬਹੁਤ ਸਭ ਤੋਂ ਸੋਹਣੀ ਗੱਲ ਕਹੀ ਆ, ਔਰ ਅੱਜ ਤੱਕ ਮੈਨੂੰ ਇਹ ਲੋਕ ਪੁੱਛਦੇ, ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਦੀ ਬੜੀ ਮਹੱਤਤਾ ਵੀ ਬੰਦਾ ਇਸ ਵਕਤ ਰੋਟੀ ਤੋਂ ਵੀ ਆਵਾਜ਼ਾਰ ਹੋਵੇ, ਵਾਕਿਆ ਸਹੀ, ਕੱਢਣ ਲਈ ਮਜਬੂਰ ਹੋਵੇ, ਪਰ ਫਿਰ ਵੀ ਇਹ ਗੱਲ ਕਹਿੰਦਾ ਨਿੱਠ ਕੇ ਕਿ ਮੈਂ ਕਦੇ ਮਾੜਾ ਗਾਇਆ ਨਹੀਂ ਤੇ ਮੈਂ ਕਦੇ ਮਾੜਾ ਗਾਉਣਾ ਨਹੀਂ, ਤੇ ਕਈ ਲੋਕ ਇਹ ਕਹਿੰਦੇ ਵੀ ਅੱਜ ਕੱਲ੍ਹ ਮਾੜਾ ਗਾਏ ਬਿਨਾਂ ਸਰਦਾ ਹੀ ਨਹੀਂ, ਯਾਰ ਜ਼ਮੀਰ ਨਾਂ ਦੀ ਵੀ ਕੋਈ ਚੀਜ਼ ਹੁੰਦੀ ਆ, ਇਖਲਾਕੀ ਤੌਰ 'ਤੇ ਮਾੜਾ ਗਾਉਣ ਦੇ ਵਿੱਚ ਉਹਨਾਂ ਦੀ ਮਸ਼ਹੂਰੀ, ਉਹਨਾਂ ਦੇ ਪੈਸੇ, ਹੁਣ ਤੁਸੀਂ ਟਰੈਕਟਰਾਂ ਦੇ ਵਿੱਚ ਮੁੰਡਿਆਂ ਕੋਲ ਸੁਣੋ ਕਿੱਦਾਂ ਦੇ ਗਾਣੇ, ਉਹਨਾਂ ਦੇ ਸੁਣ ਵੀ ਨਹੀਂ ਹੁੰਦੇ,
ਹੈ ਜੀ। ਟੈਲੀਵਿਜ਼ਨ ਦੇ ਵਿੱਚ ਆਉਂਦੇ ਗਾਣੇ ਵਜੇ ਵਜੇ ਐਸੇ ਆਉਂਦੇ ਆ, ਉਹ ਸੁਣੇ ਨਹੀਂ ਹੁੰਦੇ। ਹੁਣ ਜਿਹੜੇ ਸਾਡੇ ਲੜਕੀਆਂ ਵੀ ਬੈਠੀਆਂ, ਤੁਸੀਂ ਬੈਠੀਆਂ ਹੁੰਦੀਆਂ, ਹੁਣ ਉਹ ਚੰਗੇ ਲੱਗਦੇ ਵਿੱਚ ਸਾਨੂੰ ਉੱਠਣਾ ਪੈਂਦਾ, ਖਰੇ ਨਹੀਂ ਲੱਗਦੇ ਸਾਨੂੰ। ਕੋਈ ਚੀਜ਼ ਸੁਣਾਓ, ਮਿਰਜ਼ਾ ਗਾ ਲਓ, ਪੂਰਨ ਗਾ ਲਓ, ਸੱਸੀ ਗਾ ਲਓ, ਸੋਹਣੀ ਗਾ ਲਓ, ਕੋਈ ਪੱਲੇ ਕੋ ਪੱਲੇ ਦਾ ਪਛਵਾ, ਇਹ ਕਿਆ ਆ ਜਾਓ ਜੀ, ਫੜ ਲਓ ਜੀ, ਲੈ ਆਓ ਜੀ, ਚੱਕ ਲਓ ਜੀ, ਕੁੜੀਆਂ ਨੂੰ ਲੈ ਆਓ ਜੀ, ਇਹ ਕਿਹੜੇ ਗਾਣੇ, ਕਿਹੜੇ ਗਾਣੇ 'ਚ ਗਾਣੇ, ਮੈਂ ਨਹੀਂ ਅਸੀਂ ਪਸੰਦ ਕਰਦੇ। ਕੋਈ ਚੀਜ਼ ਉਹ ਸੁਣਾਓ ਜਿਹੜੀ ਅਸਰ ਵਾਲੀ ਗੱਲ। ਤੁਸੀਂ ਦੁਗਾਣੇ ਵੀ ਗਾਏ ਆ? ਦੁਗਾਣਾ ਹੁਣ ਸਾਰੀ ਕੋਈ ਕੁੜੀ ਨਹੀਂ ਰੱਖੀ ਸੀ, ਮੈਂ ਗਾਣੇ ਕਰਨਾ ਜਵਾਨੀ ਦੇ ਵਿੱਚ, ਜਵਾਨੀ ਵਿੱਚ ਕੋਈ ਨਹੀਂ ਗਾਇਆ। ਅੱਛਾ, ਐਵੇਂ ਹੁਣ ਹੋਰ ਇਹ ਆ ਵੀ ਤੇ ਗਵਾ ਸਕਦਾ, ਮੈਂ ਉਸਦਾ ਗਾਣਾ ਗਾ ਸਕਦਾ, ਸਦੀਕ ਦਾ ਗਾ ਦਿੰਦਾ, ਦੂਜੇ ਦਾ ਗਾ ਦਿੰਦਾ, ਜਿਉਂਦੇ ਦਾ ਵੀ ਹੈਗਾ। ਸਦੀਕ ਦਾ ਕਿਹੜਾ ਗਾਣਾ ਸੁਣਾਓਗੇ? ਔਗਣ ਸੌਗਣ ਕਰੇ ਇੱਕ ਤੀਰਾ, ਔਗਣ ਸੌਗਣ ਕਰੇ ਇੱਕ ਤੀਰਾ, ਲਿਖਿਆ ਵਿੱਚ ਕਿਤਾਬਾਂ ਨੀ ਪੁੱਤ ਸਰਦਾਰਾਂ ਦੇ, ਖਾਣ ਬੱਕਰੇ ਤੇ ਪੀਣ ਸ਼ਰਾਬਾਂ ਨੀ ਪੁੱਤ ਸਰਦਾਰਾਂ ਦੇ, ਵੇ ਮੈਂ ਨੀ ਤੇਰੇ ਘਰ ਵਸਣਾ, ਜਿਹਨਾਂ ਨੇ ਕਹਿੰਦੀ ਹੈ ਵੇ ਮੈਂ ਨੀ ਤੇਰੇ ਘਰ ਵਸਣਾ, ਤੂੰ ਤਾਂ ਨਿੱਤ ਦਾ ਸ਼ਰਾਬੀ ਯਾਰਾ, ਮੈਂ ਨੀ ਤੇਰੇ ਘਰ ਵਸਣਾ, ਨੀ ਔਗਣ ਸੌਗਣ ਕਰੇ ਗਜ਼ੀਰਾ, ਲਿਖਿਆ ਵਿੱਚ ਕਿਤਾਬਾਂ ਨੀ ਪੁੱਤ ਸਰਦਾਰਾਂ ਦੇ, ਖਾਣ ਬੱਕਰੇ ਤੇ ਪੀਣ ਸ਼ਰਾਬਾਂ ਨੀ ਪੁੱਤ ਸਰਦਾਰਾਂ ਦੇ, ਆਲ ਫੜ ਸਾਂਭ ਚਾਬੀਆਂ ਨੀ ਤੇਰੇ ਹੱਥ ਬੜੋਲੀ, ਨੀ ਮਾਰ ਕੇ ਮੈੜਾ ਦੋ ਸੋਟੀਆਂ, ਬੰਦਾ ਚੰਗਾ ਜੇ ਬੁੜੀ ਨੂੰ ਬੋਲੀ, ਨੀ ਮਾਰ ਕੇ ਮੈੜਾ ਦੋ ਸੋਟੀਆਂ, ਮਨ ਮਰਾੜਾਂ ਵਾਲੇ ਦੀ ਉਹ ਨੀ ਜਿੱਤੇ ਹੋ ਗਈ ਖੋਟੀ, ਮਨ ਮਰਾੜਾਂ ਵਾਲੇ ਦੀ ਉਹ ਨੀ ਜਿੱਤੇ ਹੋ ਗਈ ਖੋਟੀ, ਹਾਂਜੀ ਨੀ ਮੋਰਾਂ ਵਿੱਚ ਸੱਪ ਰੜ ਕੇ ਤੇਰੀ ਟੁੱਟ ਜੇ ਸਮਾਂ ਵਾਲੀ ਸੋਟੀ, ਮੋਰਾਂ ਵਿੱਚ ਸੱਪ ਰੜ ਕੇ ਤੇਰੀ ਟੁੱਟ ਜੇ ਸਮਾਂ ਵਾਲੀ ਸੋਟੀ, ਮੋਰਾਂ ਵਿੱਚ ਸੱਪ ਰੜ ਕੇ ਬੇ ਮੈਂ ਨੀ ਤੇਰੇ ਘਰ ਵਸਣਾ, ਤੂੰ ਤਾਂ ਨਿੱਤ ਦਾ ਸ਼ਰਾਬੀ ਯਾਰਾ, ਮੈਂ ਨੀ ਤੇਰੇ ਘਰ ਵਸਣਾ। ਗਾਣਾ ਤਾਂ ਜਿੱਦਣ ਮਰਜ਼ੀ ਡਿਊਟ ਵੀ ਗਾ ਸਕਦੇ ਹਾਂ ਅਸੀਂ, ਗੱਲ ਨਹੀਂ, ਪਰ ਅਜੇ ਮੇਰੀ ਰਿਆਜ਼ ਨਹੀਂ ਹੈਗੀ। ਰਿਆਜ਼ ਮੈਂ ਕਰਦਾ ਨਹੀਂ, ਜੇ ਮੈਂ ਰਿਆਜ਼ ਕਰਾਂ ਮੈਂ ਤਾਂ ਬਹੁਤ ਉੱਚਾ ਉੱਚਾ ਗਾ ਜਾਂਦਾ। ਪਰ ਬਾਪੂ ਜੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਸ਼ਰਾਬ ਬਾਰੇ ਵੀ ਗਾਣਾ ਨਹੀਂ ਗਾਉਣਾ ਚਾਹੀਦਾ? ਇਹ ਸ਼ਰਾਬ ਦੇ ਗਾਣੇ ਗਾ ਗਾ ਕੇ ਸਾਡੇ ਜਵਾਕ ਜ਼ਿਆਦਾ ਸ਼ਰਾਬ ਵੱਲ ਨੂੰ ਹੋ ਗਏ ਨੇ। ਤਾਂ ਹੀ ਅਸੀਂ ਤਾਂ ਇਹ ਇਸੇ ਬੰਦ ਕਰਦੇ ਹਾਂ ਅਸੀਂ ਵੀ ਸ਼ਰਾਬ ਪੀ ਕੇ ਬੁੱਧੀ ਖਰਾਬ ਹੁੰਦੀ ਆ, ਨਾ ਚੀਜ਼ ਦੇਖਦੇ, ਨਾ ਪਹਿਣ ਦੇਖਦੇ, ਨਾ ਮਾਂ ਦੇਖਦੇ, ਹੈ ਜੀ, ਨਾ ਅਸੀਂ ਕੋਈ, ਸਾਨੂੰ ਕਦੇ ਪਤਾ ਹੀ ਨਹੀਂ ਲੱਗਦਾ ਕੀ ਕਹਿੰਦੇ, ਹੈ ਜੀ, ਇਹ ਵੀ ਨਹੀਂ ਪਤਾ ਲੱਗਦਾ। ਇਹ ਸ਼ਰਾਬ ਤਾਂ ਪੀਣੀ ਚਾਹੀਦੀ ਨਹੀਂ, ਅਸੀਂ ਪੀਂਦੇ ਨਹੀਂ, ਨਾ ਜੀ ਪੀਤੀ ਆ। ਤੇ ਬਾਪੂ ਜੀ ਇੱਕ ਹੋਰ ਜਾਣਕਾਰੀ ਦਿਓ ਵੀ ਜਦੋਂ ਤੁਸੀਂ ਬਹੁਤ ਮਸ਼ਹੂਰ ਸੀ ਸਿਖਰ ਦੇ ਉੱਤੇ ਸੀ, ਹਾਂਜੀ, ਤੇ ਉਸ ਵਕਤ ਤੁਹਾਡੇ ਨਾਲ ਹੋਰ ਕਿਹੜੇ ਕਿਹੜੇ ਕਲਾਕਾਰ ਮੰਚ ਸਾਂਝਾ ਕਰਦੇ ਹੁੰਦੇ ਸੀ ਵੀ ਉਸ ਦੌਰ ਦੇ, ਉਸ ਪੂਰ ਦੇ ਤੁਹਾਡੇ ਨਾਲ ਦੇ ਕਲਾਕਾਰ? ਮੈਂ ਨਾ ਜਵਲਾ ਜੀ ਦੇ ਵੀ ਹੋਏ ਆ ਤੇ ਮਾਨਕ ਨਾਲ ਵੀ ਮੇਰੇ ਮੁਲਾਕਾਤਾਂ ਹੋਈਆਂ, ਰਿਛਪਾਲ ਸਿੰਘ ਰਿਛਪਾਲ ਨਾਲ ਵੀ, ਉਹ ਵਿਚਾਰਾ ਸੁਰਗਵਾਸੀ ਹੋ ਗਿਆ, ਹਾਂਜੀ ਬੀਬਾ ਨਾਲ ਕਈ ਵਾਰੀ ਅਸੀਂ ਬੈਠੇ ਉੱਠੇ, ਹਾਂਜੀ ਬੀਬਾ ਨਰਿੰਦਰ ਬੀਬਾ, ਤਾਂ ਜਗਮੋਹਨ ਕੌਰ ਕੇ ਦੀ ਵੀ, ਮੈਂ ਉਹਨਾਂ ਨੂੰ ਆਪ ਇੱਥੇ ਪ੍ਰੋਗਰਾਮ 'ਤੇ ਲਿਆਂਦਾ ਰਿਹਾ, ਉਹਨਾਂ ਨੂੰ ਵੀ ਸੱਦਿਆ ਸਾਡੇ ਘਰ ਹੀ ਪਾਰਟੀ। ਕਦੇ ਕਿਸੇ ਨੇ ਵੀ ਨਹੀਂ ਕਿਹਾ ਵੀ ਚਮਨ ਲਾਲ ਤੇਰੇ ਨਾਲ ਖੜੇ ਆ, ਹਾਂਜੀ ਜੇ ਤੇਰੇ 'ਤੇ ਔਖਾ ਵੇਲਾ ਤੂੰ ਡੋਲਣਾ ਜੀ, ਇੱਦਾਂ ਭਲਵਾਨਾਂ ਨੂੰ ਭਲਵਾਨ ਇੱਕ ਦੂਜੇ ਕਹਿਣ ਆਪਣ, ਫਿਰ ਘੱਟ ਕਾਹਦੇ ਆ, ਅਗਲਾ ਕਹਿੰਦਾ ਵੀ ਸੱਤ ਉੱਤੇ ਨਾ ਹੋ ਜਾਵੇ, ਹਾਂ ਵੀ ਜੇ ਸੱਤ ਉੱਤੇ ਹੋਵੇ ਤਾਂ ਸਾਡੀ ਫੱਟੀ ਪਹੁੰਚ ਦਊਗਾ, ਇੱਦਾਂ ਨਹੀਂ ਕਰਦਾ ਕੋਈ, ਹਾਂਜੀ ਇਹੀ ਕਹੇਗਾ ਕੋਈ ਨਹੀਂ, ਚਾਹੁੰਦੀ ਸਾਹਿਬ ਜਿੱਦਾਂ ਤੁਹਾਡੇ ਵੀ ਚੰਗੇ ਆ ਜਾਣਗੇ, ਇੱਦਾਂ ਤਾਂ ਸਾਰੀ ਦੁਨੀਆ ਕਹਿੰਦੀ ਹੈ, ਪਰ ਜੇ ਉਹ ਕੋਲੋਂ ਵੀ ਨਾਵਾਂ ਕਹਿ ਦਿਓ ਚੱਕੋ ਗਾ ਲਾ ਪ੍ਰੋਗਰਾਮ, ਫਿਰ ਅਸੀਂ ਤੈਨੂੰ। ਤੁਹਾਡੇ ਨਾਲ ਕਿਸੇ ਕੰਪਨੀ ਨੇ ਕਦੇ ਕੋਈ ਸੰਪਰਕ ਨਹੀਂ ਸੀ ਕੀਤਾ? ਕੰਪਨੀ ਨੇ ਕੋਈ ਨਹੀਂ ਸੰਪਰਕ ਕੀਤਾ, ਨਹੀਂ ਕੋਈ, ਬਸ ਮੇਲਿਆਂ ਤੇ ਆਪ ਹੀ ਮੇਲਿਆਂ ਦੇ ਪ੍ਰੋਗਰਾਮ ਲਾਉਂਦੇ ਨੇ। ਵੱਧ ਤੋਂ ਵੱਧ ਕਿੰਨੇ ਪੈਸਿਆਂ ਦੇ ਵਿੱਚ ਗਏ ਆ ਮੇਲੇ ਤੇ? ਮੇਲਿਆਂ 'ਚ ਕਦੇ 500 ਵੀ ਆ ਜਾਂਦੇ ਸੀ, ਕਦੇ 300 ਵੀ ਆ ਜਾਂਦੇ ਸੀ ਬੰਦਿਆਂ ਪਾਵਾਂ 'ਚ। ਕਿਹੜੇ ਵੇਲੇ ਦੀ ਗੱਲ ਹੋਊਗੀ? 65 ਦੇ 70 71 ਦੇ 70 71 ਦੇ, ਹਾਂ ਜੀ ਹਾਂਜੀ ਠੀਕ ਆ ਜੀ, 60 ਦੇ 65 ਦੇ ਮੁੰਡੇ ਖੁੰਡੇ ਜੇ ਕੋਈ ਸੇਵਾ, ਹਾਂਜੀ 70 ਤੇ ਹੁਣ ਵੀ ਚਾਜਾ ਉੱਠਦਾ ਮਨ ਨੱਚਦਾ, ਹਾਂਜੀ ਹੁਣ ਵੀ ਗਾਦੇ ਆ, ਹੁਣ ਵੀ ਘਰ ਲਾਈਦਾ ਹੀ ਆ, ਗੀਤ ਗਾ ਲਈ ਸਾਰੀ ਜਿਹੜੀ ਮਾਜੀ ਗੱਲ ਰਹੀ, ਉਹ ਜਿਹੜੀ ਤੁਹਾਡੀ ਵਰਦੀ ਆ ਗਾਉਣ ਵਾਲੀ ਇਹ ਸੰਭਾਲ ਕੇ ਰੱਖੀ ਪਈ? ਹਾਂ ਵਰਦੀ ਰੱਖੀ ਸਾਂਭ ਕੇ ਮੱਥਾ ਟੇਕ ਕੇ ਪਾਈ ਦੀ, ਹਾਂਜੀ ਪਾਉਂਦੇ ਹੁਣ ਵੀ ਪਾਉਂਦੇ ਆ,
ਹੁਣ ਲੋਕ ਆ ਕੇ ਕਿਆ ਕਹਿੰਦੇ ਲੋਕਡਾਊਨ ਆ ਗਿਆ ਕਰਕੇ ਹੁਣ ਨਹੀਂ ਕਰਦੇ ਸੀ ਹਾਂਜੀ ਲੋਕਡਾਊਨ ਨੇ ਮਾਰਿਆ ਸਨ ਤਾਂ ਲੋਕਡਾਊਨ ਭੁਗਤ ਰਹੇ ਅਸੀਂ ਹਾਂਜੀ ਕੋਈ ਕੰਮ ਨਹੀਂ ਕਰਾਉਂਦਾ ਕੋਈ ਹੱਥ ਨਹੀਂ ਲਾਉਂਦਾ ਆ ਸ਼ੇਪ ਕਰਾਉਣੀ ਸੀ ਉਹ ਡਰਦੇ ਨਾ ਜਾਣਦਾ ਹੀ ਹੁਣ ਭਰਾਵਾ ਕਿਹੜਾ ਉੱਥੇ ਮਰੇ ਹਾਂਜੀ ਮੈਂ ਕਿਹਾ ਉਹ ਜਿੱਦੋਂ ਮੈਂ ਕਰਾਉਂਦਾ ਉਹਨਾਂ ਨੇ ਮੇਰੀ ਪੱਗ ਵੱਟ ਭਰਾ ਸੀਗਾ ਉਹ ਮੈਨੂੰ ਕਿਸੇ ਬੰਦੇ ਨੇ ਦੱਸਿਆ ਕਹਿੰਦਾ ਜਾਈ ਨਾ ਕਹਿੰਦਾ ਕੰਮ ਉਹਨਾਂ ਦਾ ਵੀ ਖਰਾਬ ਹੋਇਆ ਕਹਿੰਦੇ ਡਾਕਟਰਾਂ ਕੋਲ ਪੇਸ਼ ਹੋਏ ਉਹ ਤੇ ਪੁੱਤੇ ਹੀ ਮੈਂ ਕਿਹਾ ਤਾਂ ਮੈਂ ਨਹੀਂ ਜਾਣਾ ਭਰਾਵਾ ਕਰਾਉਣੀ ਨਹੀਂ ਰਹਿਣ ਦੇ ਇੱਦਾਂ ਹੀ ਮੈਂ ਕਿਹਾ ਸਾਡੇ ਭਾਜੀ ਉਹਨੇ ਇੱਦਾਂ ਕਹਿ ਰਹੇ ਗੱਲ ਆ ਤੂੰ ਕੋਈ ਗੱਲ ਨਹੀਂ ਜੱਜ ਦਾ ਵਿਚਾਰ ਚਾਂਦੀ ਸਾਹਿਬ ਇਹ ਦੱਸੋ ਵੀ ਤੁਸੀਂ ਕਿਹੜੇ ਵਰੇ ਦੇ ਵਿੱਚ ਇਹ ਗੱਲ ਨੂੰ ਮਹਿਸੂਸ ਕਰ ਲਿਆ ਵੀ ਹੁਣ ਗਾਇਕੀ ਦੇ ਨਾਲ ਨਹੀਂ ਘਰ ਚੱਲਣਾ ਤੇ ਨਾਲ ਜੁੱਤੀਆਂ ਗੰਢਣ ਦਾ ਕੰਮ ਕਰ ਲਈਏ ਹਾਂਜੀ ਹਾਂਜੀ ਤੇ ਤੁਸੀਂ ਜੁੱਤੀਆਂ ਗੰਢਣ ਦਾ ਹੀ ਕੰਮ ਕਿਉਂ ਸ਼ੁਰੂ ਕੀਤਾ ਵੀ ਹੁਣ ਕਰੀਏ ਕਿ ਵੀ ਹੋਰ ਕੋਈ ਕੰਮ ਕੋਈ ਨਹੀਂ ਸੀ ਹੁਣ ਕੰਮ ਤਾਂ ਪੈਣਾ ਹੀ ਸੀ ਤੇ ਹੁਣ ਉਹ ਮਿਹਨਤ ਕੀਤੀ ਆ ਪ੍ਰੋਗਰਾਮ ਆਵੇ ਨਾ ਅਸੀਂ ਹੁਣ ਕੋਈ ਕੰਮ ਤਾਂ ਕਰਨਾ ਉਹ ਤਾਂ ਠੀਕ ਆ ਕੰਮ ਤਾਂ ਕੋਈ ਵੀ ਮਾੜਾ ਨਹੀਂ ਗਾ ਸਾਰੇ ਕੰਮ ਚੰਗੇ ਆ ਇਹ ਜੁੱਤੀਆਂ ਗੰਢਣ ਵਾਲਾ ਕੋਈ ਹੋਵੇ ਕੋਈ ਹੋਰ ਕੰਮ ਹੋਵੇ ਅਸੀਂ ਕਿਸੇ ਕੰਮ ਨੂੰ ਇਹ ਨਹੀਂ ਕਹਿੰਦੇ ਵੀ ਛੋਟਾ ਪਰ ਤੁਸੀਂ ਉਸ ਵੇਲੇ ਦੇ ਵਿੱਚ ਇਹ ਨਹੀਂ ਸੋਚਿਆ ਵੀ ਆਪਾਂ ਆਹ ਕੰਮ ਹੋਰ ਕਰ ਲੈਂਦੇ ਹਾਂ ਤੁਸੀਂ ਇਹੀ ਕਿਉਂ ਚੁਣਿਆ ਹਾਂਜੀ ਹਾਂਜੀ ਅਸੀਂ ਤਾਂ ਫਿਰ ਹੁਣ ਇਹੀ ਸੋਚਿਆ ਵੀ ਚਲੋ ਹੁਣ ਨਹੀਂ ਪ੍ਰੋਗਰਾਮ ਦਾ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਫਿਰ ਸਾਨੂੰ ਆਉਂਦਾ ਸੀਗਾ ਬੂਟ ਗਰਗਾਬੀਆਂ ਵੀ ਬਣਾ ਲੈਂਦੇ ਸਭ ਕੁਝ ਕਰ ਲੈਂਦੇ ਤੇ ਇਹ ਤੁਸੀਂ ਕਿੱਥੋਂ ਸਿੱਖਿਆ ਸੀਗਾ ਅਸੀਂ ਦੂਜਾ ਫਿਰੋਜ਼ਪੁਰੋਂ ਆਪਣੇ ਪਾਪਾ ਜੀ ਮੇਰੀ ਦੁਕਾਨ ਪਾਈ ਸੀ ਪਾਪਾ ਜੀ ਨੇ ਕਿਉਂ ਸਾਡੇ ਉਸਤਾਦ ਜੀ ਉੱਥੇ ਜਾਂਦੇ ਰਹਿੰਦੇ ਸਾਡੇ ਕੋਲ ਤੇ ਫਿਰ ਉਹਨਾਂ ਕੋਲ ਸਿੱਖ ਲਿਆ ਤੇ ਜਦੋਂ ਪ੍ਰੋਗਰਾਮ ਨਹੀਂ ਲੱਗਦੇ ਸੀ ਜਦੋਂ ਪ੍ਰੋਗਰਾਮ ਲੱਗਣੇ ਬੰਦ ਹੋ ਗਏ ਉਸ ਤੋਂ ਬਾਅਦ ਤੁਰੰਤ ਆਹ ਕੰਮ ਅਪਣਾ ਲਿਆ ਜਾਂ ਕੋਈ ਹੋਰ ਕੰਮ ਵੀ ਕੀਤਾ ਫਿਰ ਦੁਕਾਨ ਤੇ ਜਾਣਾ ਕਿੰਨੇ ਸਾਲ ਹੋ ਗਏ ਤੁਹਾਨੂੰ ਜੁੱਤੀ ਗੰਢਣ ਦਾ ਕੰਮ ਕਰਦੇ ਇਹ ਤਾਂ ਬਹੁਤ ਚਿਰ ਹੋ ਗਿਆ ਜੀ ਇਹ ਤਾਂ ਬਹੁਤ ਚਿਰ ਅੰਦਾਜ਼ਾ ਅੰਦਾਜ਼ਾ ਵੀ ਘੱਟੋ ਘੱਟ ਵੀ 40-45 ਸਾਲ ਤੋਂ ਉੱਤੇ ਹੋ ਚੱਲੇ ਅੱਛਾ 40 60 ਦੇ ਗੇੜੇ ਹੋ ਗਏ ਜਾਂ ਨਹੀਂ ਨਾਲੇ ਤੁਸੀਂ 60 ਸਾਲ ਪਹਿਲਾਂ ਗਾਉਂਦੇ ਸੀ ਗਾਉਂਦੇ ਵੀ ਨਾਲੇ ਰਹੇ ਅਸੀਂ ਅੱਛਾ ਗਾਉਂਦੇ ਵੀ ਨਾਲੇ ਰਹੇ 40 ਦੇ ਦਾ ਰਾਤ ਦਿਨ ਦੇ ਪ੍ਰੋਗਰਾਮ ਜੇ ਚੱਲਦੇ ਰਹਿੰਦੇ ਸੀ ਚੱਲਦੇ ਰਹਿੰਦੇ ਸੀ ਹਾਂਜੀ 100-220 ਰੁਪਈਆ ਸਾਨੂੰ ਆ ਜਾਂਦਾ ਬੜਾ ਮਿਹਨਤ ਰਖਾਂਦਾ ਜੀ ਥੋੜਾ ਬਹੁਤਾ ਭੁੱਲਦੇ ਵੀ ਹੋਵੋਗੇ ਮੈਨੂੰ ਇਸ ਗੱਲ ਦਾ ਅਹਿਸਾਸ ਆ ਪਰ ਇਹ ਜੁੱਤੀਆਂ ਗੰਢਦੇ ਤੁਸੀਂ ਹਰ ਰੋਜ਼ ਇੰਨੇ ਵਰਿਆਂ ਤੋਂ ਕਈ ਦਹਾਕਿਆਂ ਤੋਂ ਗੰਢਦੇ ਆ ਲੋਕਾਂ ਦੀਆਂ ਜੁੱਤੀਆਂ ਚਮਕਾਉਂਦੇ ਹੋ ਉਹਨਾਂ ਦੇ ਤਲੇ ਲਾਉਂਦੇ ਹੋ ਉਹਨਾਂ ਦੀਆਂ ਜੁੱਤੀਆਂ ਨੂੰ ਸਵਾਰਦੇ ਹੋ ਕਦੇ ਇਸ ਗੱਲ ਦਾ ਫਿਕਰ ਜਾਂ ਨਹੀਂ ਹੁੰਦਾ ਵੀ ਯਾਰ ਆਪਦਾ ਭਵਿੱਖ ਨਹੀਂ ਚਮਕਿਆ ਜੁੱਤੀਆਂ ਤਾਂ ਚਮਕਾਈ ਜਾਂਦੇ ਹੁਣ ਇਦਾਂ ਕੀ ਕਹਿ ਸਕਦੇ ਉਹਦਾ ਫਿਕਰ ਜਾਂ ਤਾਂ ਹੁੰਦਾ ਹੋਣਾ ਕਦੇ ਝੋਰਾ ਜਾਂ ਹੁੰਦਾ ਹੋਣਾ ਹਾਂਜੀ ਹਾਂਜੀ ਝੋਰਾ ਤਾਂ ਹੁੰਦਾ ਹੈ ਜੀ ਨਹੀਂ ਹੁਣ ਇਸ ਤਰ੍ਹਾਂ ਤੁਹਾਡੀ ਦਇਆ ਹੁਣ ਮਕਾਨ ਮਕੂਨ ਤਾਂ ਇੱਥੋਂ ਹੀ ਪਾਏ ਪਾਏ ਹੁਣ ਚੱਲ ਸਰ ਕਰ ਕਲਾਕਾਰੀ 'ਚ ਹੁਣ ਇੰਨੇ ਥੋੜ੍ਹੀ ਪੈਣੇ ਸੀ ਜਦੋਂ ਲਗਾਤਾਰ ਹੀ ਪ੍ਰੋਗਰਾਮ ਚੱਲਦੇ ਰਹਿਣ ਅਤੇ ਫਿਰ ਤਾਂ ਪੈਸੇ ਵੀ ਆ ਸਕਦੇ ਜੇ ਹੁਣ ਆਇਆ ਹੀ ਨਹੀਂ ਪ੍ਰੋਗਰਾਮ ਬਣਾਉਣਾ ਤਾਂ ਫਿਕਰ ਕਿੰਨੀ ਦਿਹਾੜੀ ਬਣ ਜਾਂਦੀ ਹੈ ਹੁਣ ਦਿਹਾੜੀ ਤਾਂ ਹੁਣ ਤਾਂ 200 ਵੀ ਬਣ ਜਾਂਦਾ 300 ਵੀ ਬਣ ਜਾਂਦਾ ਕਦੀ 100-150-150 ਵੀ ਬਣ ਜਾਂਦਾ ਘਰ ਦੇ ਖਰਚੇ ਪੂਰੇ ਹੋ ਜਾਂਦੇ ਖਰਚਾ ਚੱਕੀ ਜਾਂਦੇ ਹਾਂਜੀ ਹਾਂਜੀ ਖਰਚਾ ਚੱਕੀ ਜਾਂਦਾ ਕਦੇ ਕਿਸੇ ਨੇ ਤਾਨਾ ਮੇਣਾ ਨਹੀਂ ਦਿੱਤਾ ਬਈ ਆਹ ਦੇਖੋ ਗਵਈਆ ਕੀ ਕਰੀ ਜਾਂਦਾ ਨਹੀਂ ਮੈਨੂੰ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਸਗੋਂ ਮੱਥਾ ਟੇਕ ਕੇ ਜਾਂਦੇ ਆ ਹਾਂ ਹੋਰ ਬੁਲਾ ਕੇ ਜਾਂਦੇ ਆ ਵੀ ਕਲਾ ਦੇ ਕਦਰਦਾਨ ਵੀ ਹੈਗੇ ਆ ਤੇ ਮਜਬੂਰੀ ਨੂੰ ਸਮਝ ਕੇ ਇੱਕ ਸਾਡੀ ਗੁੱਡੀ ਵਾਂਗੂ ਹੈ ਨਾ ਬੱਸ 'ਚ ਬੈਠੀ ਉਤਰੀ ਉਹਨੇ ਫੋਟੋ ਮੇਰੀ ਦੇਖੀ ਕਹਿੰਦੀ ਕਿ ਤੁਸੀਂ ਚਾਂਦੀ ਸਾਹਿਬ ਜੀ ਮੈਂ ਕਿਹਾ ਨਹੀਂ ਚਾਂਦੀ ਸਾਹਿਬ ਨਹੀਂ ਜੀ ਮੈਂ ਕਿਹਾ ਕੌਣ ਮੁਕਾਲ ਕਹਿੰਦੀ ਆਹ ਦੇਖੋ ਜੀ ਮੇਰੇ ਕੋਲ ਫੋਟੋ ਆ ਉਹਨੇ ਜੀ ਰੁਪਈਆ 6000 ਕੱਢਿਆ ਮੇਰੇ ਹੱਥ 'ਤੇ ਰੱਖਦੇ ਕਹਿੰਦੀ ਮੈਂ ਇੰਗਲੈਂਡ ਤੋਂ ਆਈ ਹਾਂ ਮੈਂ ਕਦੀ ਤੁਹਾਡਾ ਨਾਂ ਲਿਆ ਫਿਰ ਕਹਿੰਦੀ ਭਾਜੀ ਨਹੀਂ ਤੁਹਾਡੀ ਲਾਈ ਸੀ ਐਂ ਤੁਹਾਨੂੰ ਅਤੇ ਕਹਿੰਦੀ ਤੁਹਾਨੂੰ ਮੈਂ 6000 ਰੁਪਈਆ ਦਿੰਦੀ ਮੈਂ ਉਹ ਮੈਨੂੰ ਪੈਸੇ ਫਿਰ ਦੇ ਗਏ ਅਤੇ ਫਿਰ ਉਦੋਂ ਵੀ ਉਹ ਪੈਸੇ ਆਏ ਫਿਰ 1-1.5 ਲੱਖ ਰੁਪਈਆ ਆਇਆ 2 ਲੱਖ ਤਾਂ ਹੀ ਮਕਾਨ ਬਣਾ ਲਿਆ ਚਲ ਮੈਨੂੰ ਕਲਾਕਾਰੀ ਦੇ ਹੀ ਪੈਸੇ ਆਏ ਫਿਰ ਹੋਰ ਵੀ ਤਾਂ ਹੀ ਮਕਾਨ ਬਣਾ ਜੁੱਤੀਆਂ ਕੱਢ ਕੇ ਕਿੱਥੋਂ ਆ ਜਾਣੇ ਸੀ ਵਾਹ ਇਹ ਮੈਨੂੰ ਪੈਸੇ ਆਏ ਬਾਹਰੋਂ ਆਏ ਤੁਹਾਡੀ ਦੇਣ ਤੇ ਆਏ ਨਹੀਂ ਨਹੀਂ ਮੇਰੀ ਕੋਈ ਦੇਣ ਨਹੀਂ ਨਹੀਂ ਇਹ ਤਾਂ ਫਿਰ ਤੁਸੀਂ ਉਹ ਸਾਡਾ ਬਾਹ ਫੜੀ ਆ ਇੱਕ ਤੁਸੀਂ ਫੜੀ ਇੱਕ ਕਾਲੀਆਂ ਨੇ ਯਾਰ ਜਿਹੜੀ ਉਹਨੂੰ ਕਹਿੰਦੇ ਵੀ ਅਸੀਂ ਕੋਲੋਂ ਤੁਹਾਨੂੰ ਪੈਸੇ ਨਹੀਂ ਨਾ ਸਾਨੂੰ ਸਰਕਾਰ ਨੇ ਦਿੱਤੇ ਅਸੀਂ ਕੋਲੋਂ ਸਾਡੀ ਮਦਦ ਮਾਰੀ ਇਹਨੀ ਕਾਲੀਆਂ ਭਰਾਵਾਂ ਨੇ ਮੇਰੇ ਨੇ ਕੋਲੋਂ ਮਦਦ ਮਾਰੀ ਹੈ ਚੰਗਿਆੜਾ ਸਾਹਿਬ ਜੀ ਤੁਸੀਂ ਦੇਖੇ ਹੋਣੇ ਉਹਨੇ ਕੋਲੋਂ ਬਾਹ ਫੜੀ ਉਹਨੇ ਮੇਰੇ ਆ 2-2.5 ਲੱਖ ਰੁਪਈਆ ਤੁਹਾਡੀ ਵੀ ਦੌਲਤ ਇਕੱਠਾ ਕਰ ਦਿੱਤਾ ਤੁਸੀਂ ਇਹਨਾਂ ਨੂੰ ਲਾਹਣ ਸਫਾਈ ਹੈ ਤਾਂ ਇਹ ਪੈਸੇ ਮੈਨੂੰ ਪਹੁੰਚ ਕੀਤੀ ਹੋਵੇ ਕਿ ਮੈਨੂੰ ਕੋਈ ਨੌਕਰੀ ਦੇ ਦਿਓ ਜਾਂ ਮੇਰਾ ਹੁਣ ਰੋਟੀ ਪਾਣੀ ਜਿਹੜਾ ਸਹੀ ਨਹੀਂ ਚੱਲਦਾ ਮੈਂ ਆਹ ਕੰਮ ਕਰਨ ਨੂੰ ਮਜਬੂਰ ਹਾਂ ਕਿਤੇ ਮੇਰੀ ਕੋਈ ਬਾਹ ਫੜੇ ਤੁਸੀਂ ਕਦੀ ਕਿਸੇ ਸਰਕਾਰ ਤੱਕ ਨਹੀਂ ਪਹੁੰਚ ਕੀਤੀ ਸਰਕਾਰ ਨੇ ਕਿਸੇ ਨੇ ਨਹੀਂ ਕਿਹਾ ਨਹੀਂ ਅੱਜ ਤੱਕ ਤੁਸੀਂ ਦੇ ਤੱਕ ਕਿੰਨਾ ਹੁਣ ਕੀਤਾ 5-6 ਵਾਰ ਤਾਂ ਤੁਸੀਂ ਸਾਡੇ ਨਾਲ ਮੁਲਾਕਾਤ ਹੋ ਗਈ ਅਤੇ ਸਰਕਾਰ ਹੁਣ ਵੀ ਨਹੀਂ ਸੋਚ ਸਕਦੀ ਹੁਣ ਵੀ ਨਹੀਂ ਦੇਖ ਸਕਦੀ ਵੀ ਇਹਦਾ ਮੁੰਡਾ ਹੀ ਕਰਾ ਦਿੰਦੇ ਹੈ ਜੀ ਜੇ ਇਹਨੂੰ ਕਦੇ ਕੋਈ ਮਾੜਾ ਮੋਟਾ ਪੈਨਸ਼ਨ ਦੇ ਦਿੰਦੇ ਹਾਂਜੀ ਇਹ ਵੀ ਨਹੀਂ ਇਹਦਾ ਤੁਸੀਂ ਆ ਲਾਹਣ ਦਾ ਪਾਈਆਂ ਤਾਂ ਕੁਛ ਬਣਿਆ ਨਹੀਂ ਸਾਨੂੰ ਕਿੱਥੇ ਕਹਿੰਦੇ ਪੁੱਛਣਾ ਸੀਗਾ ਜਾਂ ਤੁਸੀਂ ਆਵਾਜ਼ ਉਠਾਲੀ ਆ
ਇਹਦਾ ਮਾਰੇ ਤੁਹਾਡੀ ਦੇਣਾ ਸੀ ਤਾਂ ਮੂੰਹ ਤੇ ਤੁਹਾਨੂੰ ਕਹਿੰਦੇ ਆ ਹੁਣ ਵੀ ਕਹਿੰਦੇ ਤੁਹਾਨੂੰ ਵੀ ਜੇ ਤੁਸੀਂ ਨਾ ਠਾਉਂਦੇ ਤਾਂ ਸਾਨੂੰ ਕਿਹਦਾ ਮੈਂ ਤਾਂ ਰੁਲਿਆ ਪਿਆ ਸੀ ਬੜਾ ਨਾ ਇਸ ਗੱਲੋਂ ਫਿਕਰਮੰਦ ਆ ਵੀ ਇਹ ਸਾਡੇ ਦੇਸ਼ ਦੇ ਵਿੱਚ ਇਹ ਸਾਡੇ ਸੂਬੇ ਦੇ ਵਿੱਚ ਕਲਾ ਦੀ ਹਾਲਤ ਆ ਜੀ ਅਸੀਂ ਹਾਲੇ ਕਹਿੰਦੇ ਆ ਵੀ ਅਸੀਂ ਕਲਾਕਾਰਾਂ ਨੂੰ ਸੰਭਾਲਦੇ ਆ ਕਲਾ ਦੀ ਵੀ ਤੇ ਚੰਗਾ ਗਾਉਣ ਵਾਲਿਆਂ ਦੀ ਵੀ ਇਹ ਕਹਿੰਦੇ ਹਮੇਸ਼ਾ ਲੋਕ ਗਾਥਾ ਗਾਈ 2016 ਚ ਲੈ ਗਿਆ ਨਾ ਉਦੋਂ ਚੰਗਿਆੜਾ ਸਾਹਿਬ ਇੱਥੇ ਆਏ ਸੀਗੇ ਹੁਣ ਜਦ ਦੇਖਿਆ ਨਾ ਸਾਡੇ ਅੱਜ ਤੁਸੀਂ ਖਬਰਾਂ ਪੜਾਈਆਂ ਉਦੋਂ ਰੋਣ ਲੱਗ ਪਿਆ ਕਹਿੰਦਾ ਹੈ ਇੰਨੀ ਵਧੀਆ ਕਹਿੰਦਾ ਖਬਰ ਲਾਈ ਤੇਰੀ ਠੋਕ ਕੇ ਕਿਉਂ ਪਿਛਲੇ ਸਾਲ ਆਇਆ ਕਹਿੰਦਾ ਆ ਜਾਓ ਭਰਾਵੋ ਇਹਦੀ ਬਾਂਹ ਫੜੋ ਕਹਿੰਦਾ ਸਾਡੀ ਕਹਿੰਦਾ ਮੁੰਡੇ ਨੇ ਕਹਿੰਦਾ ਟੈਲੀਵਿਜ਼ਨ ਵਾਲੇ ਨੇ ਕਹਿੰਦਾ ਵਹਿਜਾ ਕਰਵਾਤੀ ਉਹਨੇ ਫਿਰ ਉਹਨੇ 21,000 ਤੋਂ ਪਹਿਲਾਂ ਨਕਦ ਮੈਨੂੰ ਰੱਖਤਾ ਪਹਿਲਾਂ ਦੇ ਦਿੱਤਾ ਫਿਰ ਭੁੱਲੇ ਰਾਠੇ ਨੇ ਉਹਨੇ 40,000 ਰੁਪਇਆ ਇੱਟਾਂ ਵਿੱਚ ਭੁੱਲੇ ਰਾਠੇ ਨੇ ਅਤੇ 15,000 ਇੱਟ ਦਿੱਤੀ ਅਤੇ 11,000 ਨਕਦ ਦਿੱਤਾ ਕਹਿੰਦਾ ਮੈਨੂੰ ਸਰਕਾਰ ਵੱਲੋਂ ਨਹੀਂ ਦਿੰਦਾ ਮੈਂ ਆਪਣੇ ਕੋਲੋਂ ਦਿੰਦਾ ਅਸੀਂ ਕਿਸੇ ਕੋਲੋਂ ਦਿੱਤੇ ਸਾਰਿਆਂ ਨੇ ਪੈਸੇ ਬਹੁਤ ਮਿਹਰਬਾਨੀ ਇੱਕ ਬੰਦੇ ਨੇ 30 ਸਾਡੇ ਸਿਮੈਂਟ ਦੇ ਘੱਲੇ ਕਹਿੰਦਾ ਮੇਰੇ ਵੱਲੋਂ ਹੁਣੇ ਚੁੱਕ ਲਿਆ ਇੱਕ ਨੇ ਲੋਹਾ ਘੱਲਿਆ ਮੇਰਾ ਮਕਾਨ ਪਾ ਬਿਲਡਿੰਗ ਬਣਾਤੀ ਮੈਂ ਹਾਂਜੀ ਮਤਲਬ ਇਹ ਹੈ ਕਿ ਇਹ ਕੰਮ ਕਰਨੇ ਔਖੇ ਨੇਗੇ ਜੇਕਰ ਸਾਡੀ ਸੋਚ ਸੁਲੱਖਣੀ ਹੋਵੇ ਚਲੋ ਜੇ ਸਾਨੂੰ ਇਹ ਤੂੰਬੀ ਨੇ ਸਾਨੂੰ ਤਾਰਿਆ ਵੀ ਆ ਅਸੀਂ ਇਹ ਨਹੀਂ ਵੀ ਕਹਿੰਦੇ ਵੀ ਨਹੀਂ ਸਾਨੂੰ ਇਹ ਨੂੰ ਤਾਰਿਆ ਚਲੋ ਸਾਨੂੰ ਉੱਧਰੋਂ ਨਹੀਂ ਬਣਿਆ 2.5 ਲੱਖ ਅਸੀਂ ਹੁਣ ਬਣਾ ਕੇ ਦਿੱਤਾ ਉਹਨੂੰ ਅਸੀਂ ਮਕਾਨ ਬਣਾ ਲਿਆ ਮੂੰਹ ਮੱਥਾ ਬਣਾ ਲਿਆ ਹਾਂਜੀ ਅਸੀਂ ਕੋਈ ਪਾਰਟੀ ਨਹੀਂ ਕੀਤੀ ਕੋਈ ਸੱਦਿਆ ਨਹੀਂ ਜੀ ਹੁਣ ਮੈਂ ਕਿਹਾ ਗਾਂ ਸਿਆਲ ਕਿਸੇ ਨੂੰ ਨਾ ਸੱਦਿਓ ਕਾਹਤੋਂ ਖਰਚਾ ਕਰਨਾ ਆਪਾਂ ਨਾ 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 ਤੁਹਾਨੂੰ ਬੁਲਾਵਾਂਗੇ ਨਹੀਂ 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 ਅਸੀਂ ਆ ਜਾਵਾਂਗੇ ਲਾਵਾਂਗੇ ਪੂਰੀ ਠੋਕ ਕੇ ਮੈਂ ਤਾਂ ਉਦਾਂ ਹੀ ਆ ਜਾਣਾ ਜਿੱਥੇ ਕਹੋਗੇ ਪਰ ਤੁਸੀਂ ਖਰਚਾ ਨਾ ਕਰਿਓ ਨਹੀਂ ਉਹ ਤਾਂ ਅਸੀਂ ਉਹਨਾਂ ਨੂੰ ਵੀ ਸੱਦਣਾ ਹੈ ਉਹਨੇ ਕਾਪੇ ਕਰ ਦੇਣਾ ਹਾਂ ਉਹਨੇ ਜਿਹੜੇ ਬਾਹਰ ਦੇ ਬੰਦੇ ਮੇਰਾ ਦੋਸਤ ਆ ਉਹ ਇੰਗਲੈਂਡ ਕੈਨੇਡਾ 'ਚ ਜਿਹੜਾ ਬੈਠਾ ਪਰ ਤੁਸੀਂ ਇਹ ਗੱਲ ਕਹੀ ਸੀ ਵਕਫੇ ਤੋਂ ਪਹਿਲਾਂ ਕਿ ਕੁਲਦੀਪ ਮਾਨਕ ਦੇ ਨਾਲ ਵੀ ਸਟੇਜਾਂ ਸਾਂਝੀਆਂ ਕੀਤੀਆਂ ਕੋਈ ਉਹਨਾਂ ਦੀ ਅਦਾਇਗੀ ਵੀ ਕਰਦੇ ਉਹਨਾਂ ਦੀ ਗਾਣਾ ਇੱਕ ਮੈਨੂੰ ਤੁਹਾਨੂੰ ਸੁਣਾ ਦਿੰਦਾ ਵੀਰੋ ਉੱਟਾ ਵਾਲਿਓ ਵੇ ਪਾਣੀ ਪੀ ਜਾ ਦੋ ਪਲ ਬਹਿ ਕੇ ਵੀਰੋ ਉੱਟਾ ਵਾਲਿਓ ਵੇ ਪਾਣੀ ਪੀ ਜਾ ਦੋ ਪਲ ਬਹਿ ਕੇ ਕੌਲਾਂ ਡੱਕੇ ਚੁਗਦੀ ਦਾ ਕੌਲਾਂ ਡੱਕੇ ਚੁਗਦੀ ਦਾ ਇੱਕ ਜਾਓ ਸੁਨੇੜਾ ਲੈ ਕੇ ਵੀਰੋ ਊਟਾਂ ਵਾਲੇ ਹੋਵੇ ਪਾਣੀ ਪੀ ਜੋ ਦੋ ਪਲ ਬਹਿ ਕੇ ਕਹਿ ਦੋ ਮੇਰੇ ਬਾਬਲ ਨੂੰ ਕਹਿ ਦੋ ਮੇਰੇ ਬਾਬਲ ਨੂੰ ਤੇਰੀ ਸੀ ਚੌਧਰੀਆ ਛੱਡਦੀ ਇੱਕ ਰੋਟੀ ਖਾਤਰ ਵੇ ਦਿਨ ਕੱਟਦੀਆਂ ਗਾੜਾਂ ਖਾ ਕੇ ਝੂਠੀ ਝੂਮਤ ਲਾ ਕੇ ਵੇ ਬਾਹੋਂ ਫੜ ਕੇ ਵਿਜੇ ਨੇ ਕਰਤੀ ਵੀਰੋ ਊਟਾਂ ਵਾਲੇ ਹੋਵੇ ਪਾਣੀ ਪੀ ਜੋ ਦੋ ਪਲ ਬਹਿ ਕੇ ਓ ਨਿੱਕੀ ਮਰ ਜਾਂਦੀ ਤੂੰ ਜੰਮੀ ਮਾੜੇ ਲੇਖ ਲਿਖਾ ਗੇ ਓ ਦੇ ਤਰੀਕਿਆਂ ਦਾ ਇਹ ਤਾਂ ਮੁੱਕ ਜੂ ਆਪ ਕਹਾਣੀ ਓ ਮੁੱਕ ਜੂ ਆਪ ਕਹਾਣੀ ਬਾਪੂ ਜੀ ਜਦੋਂ ਮੇਲਿਆਂ ਦੇ ਉੱਪਰ ਤੁਸੀਂ ਗੀਤ ਗਾਉਂਦੇ ਸੀ ਕਿਹੜੇ ਕਿਹੜੇ ਗੀਤਕਾਰ ਤੁਹਾਨੂੰ ਜੀ ਤੁਸੀਂ ਸਾਰੇ ਮਤਲਬ ਕਦੇ ਕਹਿ ਲੋ ਯਮਲਾ ਜੱਟ ਜੀ ਦੇ ਗੀਤ ਕਦੇ ਮਾਨਕ ਸਾਹਿਬ ਦੇ ਗੀਤ ਕੋਈ ਫਰਮਾਇਸ਼ ਆ ਜਾਵੇ ਹਾਂਜੀ ਇਹੀ ਗਾਉਂਦੇ ਰਹੋ ਜਾਂ ਇਸ ਤੋਂ ਇਲਾਵਾ ਕਿਸੇ ਗੀਤਕਾਰ ਦੇ ਜਾਂ ਆਪ ਲਿਖ ਕੇ ਵੀ ਗੀਤ ਗਾਉਂਦੇ ਰਹੋ ਦਾਦਕੀ ਦਾ ਵੀਰ ਆਪਦੀ ਤਿਆਰੀ ਹੈ ਜਿਹੜੀ ਉਹ ਵੀ ਸੀਗੀ ਹਾਂਜੀ ਉਹ ਕਿਹੜੇ ਕਿਹੜੇ ਗੀਤ ਸੀ ਜਿਹੜੇ ਤੁਸੀਂ ਆਪ ਤਿਆਰ ਕੀਤੇ ਜਿਹੜੇ ਕਿਸੇ ਹੋਰ ਨੇ ਨਹੀਂ ਗਾਏ ਉਹ ਸਾਡੇ ਮੇਰੇ ਬਜ਼ੁਰਗ ਨੇ ਵੀ ਤੁਹਾਨੂੰ ਸੁਣਾਉਣਾ ਸੁਣਾਓ ਇੱਕ ਸੁਣਾਓ ਅੱਛਾ ਤਨ ਤਨ ਆਖੋ ਗੁਰੂ ਗੋਬਿੰਦ ਸਿੰਘ ਚਾਰ ਦੁਲਾਰੇ ਵਾਰ ਗਿਆ ਤਨ ਤਨ ਆਖੋ ਗੁਰੂ ਗੋਬਿੰਦ ਸਿੰਘ ਚਾਰ ਦੁਲਾਰੇ ਵਾਰ ਗਿਆ ਵਿੱਚ ਪਟਣੇ ਦੇ ਜਨਮ ਤਾਰ ਕੇ ਡੁੱਬਦੀ ਦੁਨੀਆ ਤਾਰ ਗਿਆ ਓ ਸਰਸ ਕੰਡੇ ਖੇਰੂ ਖੇਰੂ ਉਸਦਾ ਹੀ ਪਰਿਵਾਰ ਗਿਆ ਸੱਸ ਗੰਢੇ ਖੇਰੂ ਖੇਰੂ ਉਸਦਾ ਹੀ ਪਰਿਵਾਰ ਗਿਆ ਉਹ ਲੱਖ ਕਰੋੜੀ ਕੋ ਸੀ ਉਸਦੇ ਅਦਲ ਜੁਵੇ ਖਿਲਾਰ ਗਿਆ ਬਾਜਾਂ ਵਾਲਾ ਪ੍ਰੀਤਮ ਮੇਰਾ ਨਵੀਆਂ ਖੇਡਾਂ ਖਿਲਾਰ ਗਿਆ ਗਿੱਦੜੀ ਉਹਦਾ ਅੰਮ੍ਰਿਤ ਪੀ ਕੇ ਸ਼ੇਰਾਂ ਨੂੰ ਲਲਕਾਰ ਗਿਆ
ਗਿੱਦੜਿਓ ਦਾ ਅੰਮ੍ਰਿਤ ਪੀ ਕੇ ਸ਼ੇਰਾਂ ਨੂੰ ਲਲਕਾਰ ਗਿਆ। ਪਾਤਮਾ ਦੇ ਅੰਬਰਾਂ ਵਿੱਚੋਂ ਦਾ ਵਾਜੂ ਡਾਰੀ ਮਾਰ ਗਿਆ। ਬਾਜਾਂ ਵਾਲਾ ਪ੍ਰੀਤਮ ਮੇਰਾ ਨਵੀਆਂ ਖੇਡਾਂ ਖਿਲਾਰ ਗਿਆ। ਵਿੱਚ ਬਟਣੇ ਦੇ ਜਨਮ ਤਾਰ ਕੇ ਡੁੱਬਦੀ ਦੁਨੀਆ ਤਾਰ ਗਿਆ। ਉਹ ਖੰਡੇ ਦਾ ਇੱਕ ਪੁਰਸ਼ ਗਾ ਕੇ ਖੰਡੇ ਦਾ ਇੱਕ ਪੌਲ ਛਕਾ ਕੇ ਹੱਥ ਵਿੱਚ ਦੇ ਤਲਵਾਰ ਗਿਆ। ਦੇਸ਼ ਕੌਮ ਦੀ ਖਾਤਰ ਵੀ ਪੁੱਤਰ ਚਾਰੇ ਵਾਰ ਗਿਆ। ਆਓ ਸੂਰਸ ਰਾਹੀ ਖੰਜਰ ਪਿਆਲਾ ਆਖੇ ਸ਼ਾਹ ਸਰਦਾਰ ਗਿਆ। ਚੁੱਕਦਾ ਸਭ ਸੰਸਾਰ ਗਿਆ, ਕਰਤਾਰ ਚੰਦਾ ਚੁੱਕਦਾ ਸਭ ਸੰਸਾਰ ਗਿਆ। ਜਿੱਧਰ ਮੇਰਾ ਸਤਿਗੁਰ ਗਿਆ, ਚੁੱਕਦਾ ਸਭ ਸੰਸਾਰ ਗਿਆ। ਵਾਹ ਵਾਹ ਵਾਹ, ਇਹ ਸਾਡੇ ਬਜ਼ੁਰਗ ਦਾ ਗਾਣਾ ਸੀ ਕਰਤਾਰ ਚੰਦ ਜੀ। ਹਾਂਜੀ, ਤੇ ਹੋਰ ਉਹਨਾਂ ਦੇ ਗਾਣੇ ਮੇਰੇ ਕੋਲ ਬਹੁਤ ਆ। ਅੱਛਾ, ਬੀਬੀ ਨਾਨਕੀ ਦਾ ਵੀ ਹੈਗਾ ਗੀਤ, ਉਹ ਸੁਣ ਲੈਣਾ। ਇਹ ਦੱਸੋ ਪਹਿਲਾਂ ਮੈਨੂੰ ਵੀ ਤੁਸੀਂ ਚਮਨ ਲਾਲ ਤੁਹਾਡਾ ਮਾਪਿਆਂ ਨੇ ਨਾਂ ਰੱਖਿਆ ਹੋਣਾ? ਚਮਲਾਲ ਮੇਰਾ ਨਾਂ ਆ, ਚਾਂਦੀ ਦਾ ਮੈਨੂੰ ਫਿਰ ਲੋਕ ਕਹਿਣ ਲੱਗ ਪਏ। ਉਹ ਕਿਵੇਂ? ਉਹ ਖਾਲਸਾ ਜਿੱਦਾਂ ਜਮਲਾ ਸਾਹਿਬ ਦਾ ਖਾਲਸਾ ਰੱਖਿਆ, ਮੇਰਾ ਨਾਂ ਚਮਲਾਲ ਹੀ ਆ। ਅੱਛਾ, ਨਹੀਂ ਪਰ ਚਾਂਦੀ ਦੇ ਪਿੱਛੇ ਕੋਈ ਕਾਰਨ ਵੀ ਤਾਂ ਹੋਊਗਾ ਨਾ, ਵੀ ਚਮਨ ਲਾਲ ਸੋਨਾ ਨਹੀਂ ਰੱਖਦਾ, ਚਮਨ ਲਾਲ ਹੀਰਾ ਨਹੀਂ ਰੱਖਦਾ, ਨਹੀਂ ਰੱਖਦਾ, ਚਾਂਦੀ ਹੀ ਕਿਉਂ ਰੱਖੀ? ਹਾਂਜੀ, ਚਾਂਦੀ ਰਾਮ ਜੀ ਹੁਣ ਉਹ ਕਹਿੰਦੇ ਵੀ ਤੈਨੂੰ ਚਾਂਦੀ ਕਹਿਣ ਲੱਗ ਪੈਂਦੇ ਆ। ਹੈ ਵੀ ਹੈ ਤੂੰ ਚਾਂਦੀ ਆ, ਤੂੰ ਬਣ ਵੀ ਚਾਂਦੀ ਜਾ। ਸਾਨੂੰ ਬਾਪੂ ਜੀ ਕਹਿ ਕੇ ਕਹਿੰਦਾ ਚੱਲ ਤੂੰ ਚਾਂਦੀ ਹੀਰਾ ਕਰ, ਚਾਂਦੀ ਰਹਿਣ ਦੇ ਕਹਿੰਦਾ ਤੁਹਾਨੂੰ। ਬਾਪੂ ਜੀ ਤੁਸੀਂ ਕਹਿੰਦੇ ਤੁਹਾਡੇ ਪੁੱਤ ਨੂੰ ਵੀ ਗਾਉਣ ਦਾ ਸ਼ੌਂਕ ਹੈ, ਹੈ ਨਾ? ਤੇ ਤੁਸੀਂ ਕਦੇ ਆਪਣੇ ਪੁੱਤ ਨੂੰ ਇਹ ਨਹੀਂ ਸਮਝਾਇਆ ਵੀ ਮੈਂ ਇਸ ਗਾਇਕੀ ਦੇ ਵਿੱਚੋਂ ਚੰਗਾ ਗਾ ਕੇ ਕੁਝ ਨਹੀਂ ਖੱਟਿਆ ਤੇ ਤੂੰ ਵੀ ਸੰਭਲ ਸੰਭਲ ਕੇ ਚੱਲੀ ਇਸ ਖੇਤਰ 'ਚ? ਕਿਉਂਕਿ ਹੁਣ ਅਸੀਂ ਤਾਂ ਜਿੱਦਾਂ ਹੈਗੀ ਸੈਗੀ ਸੀਗੀ, ਮੁੰਡਾ ਵਧੀਆ ਕੰਮ ਕੀਤਾ, ਉਹਨੇ ਪੈਸੇ ਵੀ ਕਮਾਏ, ਇਹ ਨਹੀਂ ਵੀ ਨਹੀਂ ਮੇਰੇ ਨਾਲ ਵੱਧ ਕਮਾ ਗਿਆ ਜੀ। ਕਿਉਂ ਜਦੋਂ ਕਵਾਲੀਆਂ ਕਰਦਾ ਕਵਾਲੀਆਂ 'ਚ ਲੋਕ ਹਨੇਰੀਆਂ ਸਿੱਟਦੇ ਪੈਸੇ। ਹਾਂ, ਹੁਣ ਵੀ ਅਸੀਂ ਪ੍ਰੋਗਰਾਮ ਲਾਏ ਬਾਪੂ ਜੀ, ਕਵਾਲੀਆਂ ਕਿਹੜਾ ਰੋਜ਼ਾਨਾ ਸੁਣਦੇ ਲੋਕ, ਇਹ ਵੀ ਮੇਲਿਆਂ ਮਜ਼ਾਰਾਂ ਦੇ ਉੱਤੇ ਕੰਮ ਹੁੰਦੇ ਆ। ਹਾਂ, ਮਜ਼ਾਰਾਂ ਤੇ ਚੱਲਦਾ, ਉਹ ਥੋੜਾ ਸਮਾਂ ਹੁੰਦੇ ਆ ਤੇ ਉਹ ਨਹੀਂ ਸਟੇਜ ਆ। ਹੁਣ ਸਟੇਜ ਪ੍ਰੋਗ ਵੀ ਲਾਉਂਦਾ, ਸਾਜੀ ਲਾਉਂਦੇ ਆਲੇ ਦੇ ਇਲਾਕੇ ਦੇ, ਉਹਦਾ ਚਾਦਰਾ ਕੁੜਤਾ ਲਾਉਂਦਾ, ਉਹ ਵੀ ਸਟੇਜ ਵੀ ਕਰਦਾ ਪ੍ਰੋਗਰਾਮ। ਕਦੇ ਮਨ 'ਚ ਡਰ ਨਹੀਂ ਆਇਆ ਵੀ ਮੈਂ ਇਸ ਖੇਤਰ 'ਚੋਂ ਕੁਝ ਨਹੀਂ ਖੱਟਿਆ ਤੇ ਮੇਰਾ ਪੁੱਤ ਵੀ ਹੁਣ ਮੇਰੀਆਂ ਪੈੜਾਂ 'ਚ ਪੈਰ ਧਰ? ਨਹੀਂ ਨਹੀਂ, ਇਹ ਨਹੀਂ ਕਿਹਾ। ਮਰਾਸੀ ਪੁੱਤ ਜਿਹੜੇ ਹੁਣ ਏਦਾਂ ਸੰਗਣਾ ਥੋੜਾ, ਜੋ ਹੋ ਗਿਆ ਹੋ ਗਿਆ, ਜਿਹੜਾ ਜੋ ਮਿਲ ਗਿਆ ਮਿਲ ਗਿਆ, ਕੋਈ ਗੱਲ ਨਹੀਂ। ਇੱਕ ਮਿੰਟ ਦੱਸੋ ਵੀ ਆ ਤੁਹਾਡੇ ਇੱਥੇ ਕੋਈ ਨਿਸ਼ਾਨ ਬਣਾਇਆ? ਇਹ ਨਿਸ਼ਾਨ ਅਸੀਂ ਆਪ ਬਣਾਇਆ ਜਦ ਜਵਾਨੀ ਵੇਲੇ ਦੇ। ਕੀ ਹੈ ਚੰਦ? ਚੰਦ ਬਣਾਇਆ? ਹਾਂਜੀ, ਵਾਹ। ਹਾਂਜੀ, ਇਹ ਹਰੀ ਘਾਟ ਸੁਣਿਆ ਨਾ, ਉੱਥੇ ਅਸੀਂ ਮੇਲੇ 'ਤੇ ਗਏ ਸੀ, ਗੁਰਦੁਆਰਾ ਨਾਲੇ ਹੀ ਆ, ਉੱਥੇ ਪ੍ਰੋਗਰਾਮ ਲਾ ਕੇ ਹਟੇ। ਉਹ ਮੁੰਡੇ ਦੋ ਮਜ਼ਬੀਆਂ ਦੇ, ਉਹ ਢੋਲਕ ਵਜਾਉਂਦੇ ਸੀ ਸਾਡੇ ਨਾਲ, ਉਹ ਕਹਿੰਦੇ ਉਸਤਾਦ ਜੀ ਉਸਤਾਦ ਜੀ, ਕਹਿੰਦੇ ਕਾਨਾ ਦੇ, ਮੈਂ ਕੀ ਕਰਨਾ ਸਾਰੇ, ਕਹਿੰਦੇ ਅੱਗੇ ਚੰਦ ਪਵਾਉਣਾ, ਮੈਂ ਕਹਿੰਦਾ ਤੈਨੂੰ ਵੀ ਪਵਾ ਦੇਣਾ, ਉਹ ਮੇਰੇ 'ਤੇ ਵੀ ਮੈਨੂੰ ਵੀ ਸਾਰੇ ਢਾ ਕੇ ਪਵਾ ਦਿੱਤਾ, ਮੁੰਡੇ ਖੁੰਡੇ ਜਾਏ ਸੀ। ਬਾਪੂ ਜੀ ਅੱਜ ਵੀ ਉਹ ਪੁਰਾਣਾ ਦੌਰ ਚੇਤੇ ਤਾਂ ਬਹੁਤ ਆਉਂਦਾ ਹੋਏਗਾ, ਮੇਲਿਆਂ ਤੇ ਜਾਂਦੇ ਸੀ ਲੋਕ ਜਿਹੜੇ ਨੇ ਉਹ ਤੁਹਾਨੂੰ ਦੀਖਦੇ ਸੀ? ਦੂਜਾ ਗਾਣਾ ਇੱਕ ਹੋਰ ਵੀ ਉਹ ਜੌਨਰ ਜੀ ਦਾ ਬਹੁਤ ਸੁਣਦੇ ਹੁੰਦੇ ਸੀਗੇ, ਉਹ ਹੈਗਾ ਉੱਡੀ ਉੱਡੀ ਵੇ ਝੋਲ ਸਮੀ ਤੋਤਿਆ, ਇਹ ਬਹੁਤ ਜ਼ਿਆਦਾ ਸੁਣਦੇ ਸੀ। ਸੁਣਾਓ ਥੋੜਾ ਜਿਹਾ। ਉੱਡੀ ਉੱਡੀ ਖਾਂ ਬੈਜੀ ਸਮੀ ਤੋਤਿਆ, ਉੱਡ ਕੇ ਬੈਜੀ ਵੇ, ਉੱਡ ਕੇ ਬੈਜੀ ਵੇ, ਉਹ ਸੋਹਣਿਆ ਮਦੀਨੇ ਜਿੰਨਾ ਮਾਵਾਂ ਦੇ, ਆਓ ਜਿੰਨਾ ਮਾਵਾਂ ਦੇ ਪੁੱਤ ਨੇ ਪਰਦੇਸੀ, ਉਹਨਾਂ ਮਾਵਾਂ ਦੇ ਉਹ ਦੇਖ ਲੈ ਤੂੰ ਹੀਲੇ, ਉੱਡ ਕੇ ਬੈਜੀ ਵੇ ਤੂੰ ਸੋਹਣਿਆ ਮਦੀਨੇ ਜਿੰਨਾ ਪੈਣਾ ਦੇ, ਆਓ ਜਿੰਨਾ ਪੈਣਾ ਦੇ ਵੀਰ ਨੇ ਪਰਦੇਸੀ, ਉਹਨਾਂ ਪੈਣਾ ਦੇ ਰੰਗ ਸਾਵੇ ਤੋਂ ਪੀੜੇ, ਉੱਡ ਕੇ ਬਹਿ ਜਿਵੇਂ ਤੂੰ ਢੋਲ ਸਮੀ ਤੋਤਿਆ, ਜਿੰਨਾ ਨਾਰੀਆਂ ਦੇ
ਆਓ ਜਿਨ੍ਹਾਂ ਨਾਰੀਆਂ ਦੇ ਕੰਧ ਨੇ ਪਰਦੇਸੀ ਉਹਨਾਂ ਨਾਰੀਆਂ ਦੇ ਦੇਖ ਲੈ ਤੂੰ ਹਿੱਲੇ ਨੱਕੋਂ ਲਾਉਂਦੀਆਂ ਪਾਉਂਦੀਆਂ ਨੇ ਤਿਲੇ ਲਾਉਂਦੀਆਂ ਹਾਰ ਤੇ ਸ਼ਿੰਗਾਰਨਾ ਤੂੰ ਤਾਂ ਨਿੱਤ ਦਾ ਪਰਦੇਸੀ ਢੋਲਾ ਰਹਿੰਦਾ ਏ ਵੇ ਤੂੰ ਨਿੱਤ ਦਾ ਪਰਦੇਸੀ ਢੋਲਾ ਰਹਿੰਦਾ ਮੇਰੇ ਲੇਖ ਨੇ ਯਮਲਾ ਦੇ ਮਾੜੇ ਵੇ ਤੂੰ ਨਿੱਤ ਦਾ ਪਰਦੇਸੀ ਢੋਲਾ ਰਹਿੰਦਾ ਬਹੁਤ ਬਹੁਤ ਬਾਪੂ ਜੀ ਤੁਹਾਡੀ ਆਵਾਜ਼ ਅੱਜ ਵੀ ਪੂਰੀ ਕਣਕਦੀ ਹੈ ਮੈਨੂੰ ਬੜਾ ਚੰਗਾ ਲੱਗਿਆ ਇਹ ਅਜੇ ਮੈਂ ਨਾ ਪੁੱਤ ਗਾਉਂਦਾ ਨਹੀਂ ਪੂਰਾ ਅਜੇ ਕਿਉਂਕਿ ਕਦੀ ਸਾਜ ਨੂੰ ਹੱਥ ਨਹੀਂ ਲਾਇਆ ਮੈਂ ਪੂਰਾ ਗਾਵਾਂ ਕਿਤੇ ਤੁਹਾਨੂੰ ਸਟੇਜਾਂ ਸੁਣਾਉਣਾ ਆਪਣੀਆਂ ਦਿਖਾਊਂ ਫਿਰ ਤੁਸੀਂ ਕਹੋਗੇ ਵੀ ਠੀਕ ਹੈ ਵੀ ਬਾਕੀ ਜਮਲਾ ਗਾ ਰਿਹਾ ਵਾਹ ਇਹ ਜਿਹੜੀ ਤਾਲਾਬੰਦੀ ਹੋਈ ਆ ਜਿਹਨੂੰ ਲੋਕਡਾਊਨ ਕਹਿੰਦੇ ਆ ਹਾਂ ਉਹਦੇ ਕਰਕੇ ਤੁਹਾਡਾ ਜੁੱਤੀਆਂ ਗੰਢਣ ਵਾਲਾ ਕੰਮ ਵੀ ਪ੍ਰਭਾਵਿਤ ਹੋਇਆ ਪ੍ਰਭਾਵਿਤ ਕੰਮ ਡਾਊਨ ਪਿਆ ਆ ਡਾਊਨ ਇਸ ਦਾ ਕੰਮ ਨਿਕਲਦਾ ਨਹੀਂ ਹੈਗਾ ਅੱਜ ਤੱਕ ਤੁਸੀਂ ਆਉਣਾ ਕਰਕੇ ਅੱਜ ਮੈਂ 300-400 ਬਣਾਤਾ ਅੱਛਾ ਹਾਂ ਅੱਜ ਤੁਸੀਂ ਭਾਗਾਂ ਵਾਲੇ ਆ ਜਿਹੜਾ ਮੇਰੇ 300-400 ਰੁਪਏ ਬਣ ਗਿਆ ਚਲੋ ਤੁਹਾਡੇ ਬਣਦੇ ਹੀ ਰਹਿਣ ਇਦਾਂ ਪੈਸੇ ਨਹੀਂ ਨਹੀਂ ਬਣਾਇਆ ਤੁਸੀਂ ਹੈਗੇ ਕਰਮ ਵਾਲੇ ਆ ਜੇ ਦੇਰ ਕਿਆ ਹਾਂਜੀ ਉਦਾਂ ਤਾਂ ਫਿਰ ਵੀ ਮੈਂ 200-300 ਬਣਾਉਣਾ ਪਰ ਅੱਜ 500-600 ਬਣ ਗਿਆ ਪਰ ਬਾਪੂ ਜੀ ਵੈਸੇ ਤਾਂ ਦੋਰੀ ਮਾਰ ਪਈ ਇਸ ਮਾਹੌਲ 'ਚ ਕਿਉਂਕਿ ਇੱਕ ਬੰਨੇ ਤਾਲਾਬੰਦੀ ਕਰਕੇ ਇਹ ਕੰਮ ਵੀ ਪ੍ਰਭਾਵ ਹੈ ਦੂਜੇ ਬੰਨੇ ਮੇਲੇ ਵੀ ਬੰਦ ਹੋ ਗਏ ਮੇਲੇ ਵੀ ਬੰਦ ਹੋ ਗਏ ਉਹਦੇ ਕਰਕੇ ਦੋਰੀ ਮਾਰ ਤਾਂ ਪਈ ਹੈ ਦੇਖੋ ਜੀ ਅਸੀਂ 2-2.5 ਲੱਖ ਰੁਪਈਆ ਬਣਾਉਣਾ ਹੀ ਬਣਾਉਣਾ ਸੀਗਾ ਕਿਉਂ ਸਾਨੂੰ ਦੋਹਰੀ ਪੱਤੀ ਮਿਲਦੀ ਹੈ ਮੈਨੂੰ ਬੈਠੇ ਨੂੰ ਮਿਲਣਾ ਮੈਂ ਕਿਹਾ ਉਹਨਾਂ ਥੋੜ੍ਹੀ ਆ ਮੁੰਡੇ ਦੇ ਨਾਲ ਜਾਣਾ ਪੱਤੀ ਮੇਰੀ ਦੋਹਰੀ ਪੈੜੀ ਹੁਣ ਮੈਨੂੰ ਇਹਦਾ 1600-1600 ਰੁਪਈਆ ਸਾਨੂੰ ਆਇਆ ਅੱਧਾ ਘੰਟਾ ਲਾਇਆ ਸੀ ਅੱਧੇ ਘੰਟੇ 1600-1600 ਸ਼ੀਲਡ ਮੇਰੀ ਐਡੀ ਸਾਰੀ ਸ਼ੀਲਡਾਂ ਨੇ ਬਹੁਤ ਪਈਆਂ ਹੋਣੀਆਂ ਸ਼ੀਲਡਾਂ ਬਹੁਤ ਪਈਆਂ ਘਰੇ ਮੈਂ ਤੁਹਾਨੂੰ ਆਪਾਂ ਲਿਜਾਵਾਂਗੇ ਘਰ ਸ਼ੀਲਡਾਂ ਲਾਵਾਂਗੇ ਮੇਲਾ ਲਾਵਾਂਗੇ ਪਿੰਡ ਕਿਹੜਾ ਤੁਹਾਡਾ ਪਿੰਡ ਲਹਿਰਾ ਹਾਜੀਪੁਰ ਲਹਿਰਾ ਲਹਿਰਾ ਕਹਿਣਾ ਹਾਂ ਨਾਲ ਹਾਜੀਪੁਰ ਕਹਿਣਾ ਅੱਛਾ ਹਾਂ ਪਿੰਡ ਦੇ ਮੋਹਰੇ ਘਰ ਦੇ ਮੋਹਰੇ ਸੜਕ ਇੱਦਾਂ ਸੜਕ ਆ ਗੇਟ ਲੱਗਾ ਆ ਬਿਲਡਿੰਗ ਬਣੀ ਹੋਰ ਚਲੋ ਸਾਹਿਬ ਮੈਂ ਬਾਪੂ ਜੀ ਦੀ ਜ਼ਿੰਦਾ ਦਿਲੀ ਵੇਖ ਕੇ ਬਹੁਤ ਖੁਸ਼ ਹਾਂ ਚਾਹੇ ਹਾਲਾਤ ਜਿਹੋ ਜਿਹੇ ਮਰਜ਼ੀ ਹੋ ਜਾਣ ਬਹੁਤੀ ਵਾਰ ਅਸੀਂ ਹਾਲਾਤਾਂ ਦੇ ਅੱਗੇ ਗੋਡੇ ਟੇਕ ਦਿੰਦੇ ਹਾਂ ਅਸੀਂ ਢੇਰੀ ਢਾ ਜਾਂਦੇ ਹਾਂ ਪਰ ਨਹੀਂ ਜੇ ਤੁਸੀਂ ਜ਼ਿੰਦਾ ਦਿਲ ਹੋ ਤਾਂ ਹਾਲਾਤ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਬਿਲਕੁਲ ਸਹੀ ਗੱਲ ਤੇ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਅਸੀਂ ਤੁਹਾਨੂੰ ਕੰਮ ਕਰਦਿਆਂ ਨੂੰ ਰੋਕਿਆ ਕੋਈ ਨਹੀਂ ਮਾਫੀ ਫੇਰ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਤੰਦਰੁਸਤ ਰਹੋ ਤੁਸੀਂ ਗਾਉਂਦੇ ਰਹੋ ਤੁਹਾਡੀ ਆਰਥਿਕਤਾ ਵਧੀਆ ਹੋਵੇ ਤੁਹਾਡਾ ਵਧੀਆ ਤਰੀਕੇ ਨਾਲ ਜ਼ਿੰਦਗੀ ਦੇ ਵਿੱਚ ਨਿਰਵਾਹ ਹੋਵੇ ਅਸੀਂ ਇਹਦੀ ਕਾਮਨਾ ਕਰਦੇ ਤੁਹਾਡਾ ਪੁੱਤ ਵੀ ਕਾਮਯਾਬ ਹੋਵੇ ਉਹਨੂੰ ਮਾਰਾ ਅੱਗੇ ਲਿਆਓ ਮੇਰੀ ਇਹ ਮੇਰੀ ਵੀ ਰਿਕਾਇਤ ਹੋਆ ਉਹਨੂੰ ਐਤਕੀ ਉਹਨੂੰ ਮੋਰੇ ਜ਼ਰੂਰ ਲਿਆਓ ਜ਼ਰੂਰ ਬਹੁਤ ਬਹੁਤ ਸ਼ੁਕਰੀਆ ਬਾਪੂ ਜੀ ਕਿਤੇ ਟਾਈਮ ਦਿਓ ਫਿਰ ਫੋਨ ਕਰਨਾ ਉਹਨੂੰ ਟਾਈਮ ਦਿਓ ਉਹਦਾ ਉਹਨੂੰ ਸੁਣਨ ਵਾਲਾ ਤੁਹਾਡੇ ਹੁਣ ਮੁੰਨੀ ਵੀ ਕਹੂਗੀ ਗੁੱਡੀ ਵੀ ਕਹੂੰਗੀ ਵੀ ਠੀਕ ਹੈ ਵੀ ਮੁੰਡਾ ਗਾਉਂਦਾ ਉਹ ਨਹੀਂ ਕਲਚਰ ਨਹੀਂ ਆਇਆ ਮੇਰਾ ਮੁੰਡਾ ਨਾ ਉਹ ਇਦਾਂ ਦਾ ਹੀ ਹੈਗਾ ਠਰਕੀ ਆ ਕਿਸੇ ਕੰਮ ਦਾ ਵੀ ਸਿਰਫ ਉਹ ਮਸ ਬੰਦਾ ਮੇਰੇ ਨਾਲੋਂ ਵੀ ਜ਼ਿਆਦਾ ਆ ਹਾਂਜੀ ਨਾ ਕੋਈ ਚਲੋ ਕੋਈ ਨਾ ਜ਼ਰੂਰ ਉਹਨਾਂ ਨਾਲ ਵੀ ਮੁਲਾਕਾਤ ਕਰਾਂਗੇ ਵੀਰਵਾਰ ਉਹਨੇ ਦੇ ਲਾ ਵੀ ਪ੍ਰਸ਼ਾਦਾ ਨਹੀਂ ਛਕਣਾ ਪਾਉਂਦਾ ਸਾਰੇ ਦਿਨ ਸ਼ੁੱਕਰਵਾਰ ਜੁਮੇ ਵਾਲੇ ਦਿਨ ਖਾਂਦਾ ਜੀ ਬਹੁਤ ਬਹੁਤ ਸ਼ੁਕਰੀਆ ਬਾਪੂ ਜੀ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਆਪਾਂ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਗੱਲਬਾਤ ਅੱਗੇ ਤੋਰੀਏ ਮੈਂ ਹਰਮਨ ਜੀ ਇੱਕ ਛੋਟੀ ਜੀ ਬੇਨਤੀ ਕਰਨੀ ਚਾਹੁੰਦਾ ਸਾਡੇ ਦਰਸ਼ਕਾਂ ਨੂੰ ਬਹੁਤ ਸਾਰੇ ਦਰਸ਼ਕ ਫੋਨ ਕਰਕੇ ਜਾਂ ਥੱਲੇ ਕਮੈਂਟ ਭੇਜ ਕੇ ਤੇ ਉਹ ਪਤਾ ਮੰਗਦੇ ਹੁੰਦੇ ਆ ਜਾਂ ਫੋਨ ਨੰਬਰ ਮੰਗਦੇ ਹੁੰਦੇ ਆ ਬੇਨਤੀ ਇਹ ਆ ਕਿ ਜੇਕਰ ਕਿਸੇ ਵੀ ਸੱਜਣ ਨੇ ਕੋਈ ਵੀ ਮਦਦ ਕਰਨੀ ਆ ਤਾਂ ਗੜ ਸ਼ੰਕਰ ਦੇ ਵਿੱਚ ਬੱਸ ਅੱਡਾ ਬੱਸ ਅੱਡੇ ਦੇ ਬਾਰ ਬਾਰ ਸੜਕ ਦੇ ਉੱਤੇ ਇੱਕ ਖੰਭਾ ਫੁੱਟਪਾਥ ਦੇ ਕੋਲੇ ਬੋਰੀ ਵਿਛਾ ਕੇ ਚਮਨ ਲਾਲ ਚਾਂਦੀ ਹੋਰੀ ਬੈਠੇ ਹੁੰਦੇ ਆ ਤੁਸੀਂ ਕੀ ਮਦਦ ਕਰਨੀ ਆ ਕੀ ਨਹੀਂ ਕਰਨਾ ਉਹ ਤੁਹਾਡੀ ਨਿੱਜੀ ਮਰਜ਼ੀ ਹੈਗੀ ਆ ਤੇ ਆਪਾਂ ਹੁਣ ਅੱਗੇ ਲੈਨੇ ਆ ਵਿਦੇਸ਼ੀਆਂ ਬੰਦਿਆਂ ਨੂੰ ਵੀ ਕਹੋ ਹਾਂਜੀ ਹਾਂਜੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੀ ਆ ਵੀ ਇਧਰਲੇ ਬੰਦਿਆਂ ਨੂੰ ਵੀ ਕਹੋ ਵੀ ਇਹਦੀ ਵੀ ਵਿਚਾਰੇ ਦੀ ਮਦਦ ਕਰੋ ਜਿੰਨੀ ਵੀ ਕਰ ਸਕਦੇ ਸਰਕਾਰ ਵੀ ਕਰ ਸਕੇ ਜੀ ਵੀ ਸਰਕਾਰ ਅਜੇ ਤੱਕ ਕਿਉਂ ਬੋਲੀ ਬੈਠੀ ਵੀ ਸਾਨੂੰ ਕਿਉਂ ਨਹੀਂ ਸਾਡਾ ਸੁਣਦਾ ਜੀ ਜ਼ਰੂਰ ਤੇ ਬਹੁਤ ਬਹੁਤ ਸ਼ੁਕਰੀਆ ਬਾਪੂ ਜੀ ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਅਸੀਂ ਫਿਰ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਜੀ ਜਾਣਦਾ ਹੋ ਗਿਆ ਵੇਲਾ ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ ਤੇ ਨਾਮ ਦੇ ਇਜਾਜ਼ਤ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਜੱਜ ਦਾ ਵਿਚਾਰ